ਪੰਜਾਬ ਦੀ ਨਹੀਂ ਬਲਕਿ ਇਸ ਵੇਲੇ ਤਾਂ ਮੈਂ ਸਮਝਦਾ ਕਿ ਦੁਨੀਆਂ ਦੀ ਇੱਕ ਵਿਰਾਸਤ ਹੈ ਜਿਹੜੀ ਕਿ ਔਮਨ ਐਜੂਕੇਸ਼ਨ ਜਿਹੜੀ ਹੈ ਇੱਥੋਂ ਸ਼ੁਰੂ ਹੋਈ ਅਮਿਤਾਬ ਬਚਨ ਦੀ ਮਦਰ ਤੇਜੀ ਬਚਨ ਠੀਕ ਹੈ ਜੀ ਉਹ ਇੱਥੇ ਪੜਦੀ ਰਹੀ ਅਦਿੱਤਿਆ ਰਾਜ ਕਪੂਰ ਦੀ ਮਦਰ ਜੀਤਾ ਬਾਲੀ ਜੀ ਉਹ ਇੱਥੇ ਪੜਦੀ ਰਹੀ ਪਹਿਲਾਂ ਘਰ ਦੇ ਵਿੱਚ ਸ਼ੁਰੂ ਹੋਇਆ ਸੀ ਜੀ ਛੋਡੀਆਂ ਦੀ ਹਵੇਲੀ ਸੀ ਉੱਥੇ ਸ਼ੁਰੂ ਹੋਇਆ ਪਰ ਉਹਦੋਂ ਬੜੀ ਸਟਰਗਲ ਦੇ ਨਾਲ ਹੋਇਆ ਕਿ ਕੋਈ ਵੀ ਆਪਣੀ ਕੁੜੀ ਨੂੰ ਪੜਾਉਣਾ ਨਹੀਂ ਸੀ ਚਾਹੁੰਦਾ ਨਕਸ਼ਾ ਜਿਹੜਾ ਤੁਸੀਂ ਦੇਖਦੇ ਹੋ ਠੀਕ ਹੈ ਜੀ ਇਹ ਫਰਾਂਸ ਦਾ ਬਣਿਆ ਹੋਇਆ ਹੈ ਇਹ ਦੋ ਮੰਜ਼ਿਲਾ ਦਾ ਨਕਸ਼ਾ ਸੀ ਇੱਕ ਮੰਜ਼ਲ ਉਹ ਆਪਣੇ ਜਿਉਂਦੇ ਜੀ ਬਣਾ ਗਏ ਇਹ ਲਾਇਬ੍ਰੇਰੀ 1901 ਵਿੱਚ ਬਣੀ ਸੀ ਇਸ ਲਾਇਬ੍ਰੇਰੀ ਦੇ ਵਿੱਚ ਕਿਸੇ ਵੇਲੇ 5000 ਦੁਰਲਭ ਪੁਸਤਕਾਂ ਹੁੰਦੀਆਂ ਸੀ ਇਸ ਲਾਇਬ੍ਰੇਰੀ ਨੂੰ ਕਈ ਵੱਡੀਆਂ ਹਸਤੀਆਂ ਨੇ ਵਰਤਿਆ ਭਾਈ ਕਾਹਨ ਸਿੰਘ ਨਾਭਾ ਨੇ ਕਰਮ ਸਿੰਘ ਹਿਸਟੋਰੀਅਨ ਨੇ ਭਾਈ ਵੀਰ ਸਿੰਘ ਜੀ ਨੇ ਹੋਸਟਲ ਦੇ ਵਿੱਚ ਦੇਖੋ ਰਾਜਕਰਾਨਿਆਂ ਤੋਂ ਲੈ ਕੇ ਬਿਲਕੁਲ ਗਰੀਬ ਅਨਾਥ ਬੇਸਹਾਰਾ ਬੱਚਿਆਂ ਤੱਕ ਪੜਦੇ ਸੀ ਉਹ ਜੇ ਸੰਸਥਾਵਾਂ ਜਿਹੜੀਆਂ ਨਾ ਭਾਵਨਾਵਾਂ ਕਰਕੇ ਚੱਲਦੀਆਂ ਨੇ ਸਰਕਾਰਾਂ ਨਹੀਂ ਚਲਾਉਂਦੀਆਂ ਹਸੀ ਗਾਲ ਦੋਸਤੋ ਅੱਜ ਇੱਕ ਭਾਗ ਵਾਲੀ ਜਗ੍ਹਾ ਤੇ ਲੈ ਕੇ ਆਏ ਆ ਜਿਵੇਂ ਆਪਾਂ ਆਮ ਤੁਹਾਨੂੰ ਘਰ ਨਵੇਂ ਬਣਦੇ ਘਰ ਦਿਖਾਉਣੇ ਆ ਪਰ ਅੱਜ ਇੱਕ ਵਿਰਾਸਤੀ ਬਿਲਡਿੰਗ ਵੀ ਦਿਖਾਉਣੀ ਆ ਵਿਰਾਸਤ ਇੱਕ ਇਤਿਹਾਸ ਵੀ ਦਿਖਾਉਣਾਗਾ ਤੇ ਅੱਜ ਆਪਾਂ ਪਹੁੰਚੇ ਹੋਏ ਆ ਜੀ ਸਿੱਖ ਕੰਨਿਆ ਮਹਾਵਿਦਿਆਲਾ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਜਿਹੜਾ ਕਿ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਬਣਿਆ ਹੋਇਆ ਤੇ ਲਗਭਗ 1892 ਤੋਂ ਸ਼ੁਰੂ ਹੋਇਆਗਾ ਤੇ ਅੱਜ ਤੱਕ ਜੇ ਇੱਥੇ ਕਹਿ ਦਈਏ ਇਸਤਰੀ ਵਿਦਿਆਜ ਕੁੜੀਆਂ ਦੀ ਪੜਾਈ ਹੁੰਦੀ ਹੈਗੀ ਜੇ ਕਹਦੇ ਇਹ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਕੁੜੀਆਂ ਦੀ ਪੜ੍ਹਾਈ ਜਿਹੜੀ ਸ਼ੁਰੂਆਤ ਹੋਈ ਆ ਉਹ ਇਸ ਸਕੂਲ ਤੋਂ ਹੋਈ ਆ ਤੇ ਵੀਡੀਓ ਧਿਆਨ ਨਾਲ ਸੁਣ ਲਿਓ ਹਰ ਇੱਕ ਪੱਖ ਤੋਂ ਅੱਪ ਗੱਲਬਾਤ ਕਰਾਂਗੇ ਹਰ ਇੱਕ ਜੇ ਕਹਦੇ ਵਿਰਾਸਤੀ ਇਤਿਹਾਸ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਜਿਹੜੇ ਵੀ ਮਿੱਤਰ ਵੀਡੀਓ ਦੇਖ ਰਹੇ ਨੇ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਜਾਂ ਕੋਈ ਵੀ ਤੁਹਾਡਾ ਸਾਕਾ ਸੰਬੰਧੀ ਇੱਥੇ ਪਹਿਲਾਂ ਤੁਹਾਡਾ ਬਜ਼ੁਰਗ ਕੋਈ ਵੀ ਮਾਤਾ ਪਿਤਾ ਪੜ੍ਹੀ ਆ ਤਾਂ ਉਹਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿੰਨਾ ਕਿੰਨਾ ਦਾ ਇਸ ਸਕੂਲ ਨਾਲ ਨਾਤਾ ਰਿਹਾ ਤਾਂ ਜੋ ਇਸ ਸਕੂਲ ਦੀ ਮੈਨੇਜਮੈਂਟ ਕਮੇਟੀ ਨੂੰ ਵੀ ਪਤਾ ਲੱਗ ਸਕੇ ਵੀ ਕੌਣ ਕੌਣ ਇੱਥੇ ਜਿਹੜੇ ਸਾਡੇ ਪੁਰਾਣੇ ਸਟੂਡੈਂਟ ਪੜ੍ਹੇ ਨੇ ਤੇ ਅੱਜ ਕਿੱਥੇ ਦੀ ਕਿੱਥੇ ਉਹਨਾਂ ਦੀਆਂ ਫੈਮਲੀਆਂ ਪਹੁੰਚੀਆਂ ਨੇ ਤੇ ਤਾਂ ਜੋ ਇਸ ਸਕੂਲ ਦਾ ਹੋਰ ਵੀ ਜਿਹੜਾ ਪੁਨਰ ਨਿਰਮਾਣ ਹੋ ਸਕੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਸਵਾਗਤ ਹੈ ਸਾਡੇ ਚੈਨਲ ਤੇ ਤੇ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਇਹਨਾਂ ਸਮਾਂ ਦਿੱਤਾ ਤੇ ਇੱਕ ਵਿਰਾਸਤੀ ਜੇ ਕਹਿ ਦਈਏ ਪੰਜਾਬ ਦੀ ਇੱਕ ਸ਼ੋਭੀ ਹੋਈ ਮੈਂ ਕਹਿੰਦਾ ਵਿਰਾਸਤ ਦਿਖਾਉਣ ਦਾ ਮੌਕਾ ਦਿੱਤਾ ਜੀ ਤੁਹਾਡਾ ਧੰਨਵਾਦ ਤੁਸੀਂ ਆਏ ਸਮਾਂ ਦਿੱਤਾ ਸਕੂਲ ਨੂੰ ਬਹੁਤ ਖੁਸ਼ੀ ਦੀ ਗੱਲ ਹੈ ਇਹ ਵਾਕਈ ਵਿਰਾਸਤ ਹੈ ਔਰ ਪੰਜਾਬ ਦੀ ਨਹੀਂ ਬਲਕਿ ਇਸ ਵੇਲੇ ਤਾਂ ਮੈਂ ਸਮਝਦਾ ਕਿ ਦੁਨੀਆ ਦੀ ਇੱਕ ਵਿਰਾਸਤ ਹੈ ਜਿਹੜੀ ਕਿ ਔਮਨ ਐਜੂਕੇਸ਼ਨ ਜਿਹੜੀ ਹੈ ਇੱਥੋਂ ਸ਼ੁਰੂ ਹੋਈ ਪੰਜਾਬ ਦੇ ਵਿੱਚ 1892 ਵਿੱਚ ਜੀ ਭਾਈ ਤਖਤ ਸਿੰਘ ਜੀ ਨੇ ਸਕੂਲ ਸ਼ੁਰੂ ਕੀਤਾ ਕੁੜੀਆਂ ਦਾ ਤੇ ਫਿਰ ਉਸ ਤੋਂ ਬਾਅਦ ਜਲਦੀ ਉਹਨਾਂ ਨੇ ਹੋਸਟਲ ਵੀ ਬਣਾ ਦਿੱਤਾ ਉਹਨਾਂ ਵੇਲੇਾਂ ਦੇ ਵਿੱਚ ਹੋਸਟਲ ਨਹੀਂ ਸੀ ਹੁੰਦੇ ਕੁੜੀਆਂ ਦੇ ਕੁੜੀਆਂ ਨੂੰ ਪਰ ਮੈਨੂੰ ਲੱਗਦਾ ਉਹ ਟਾਈਮ 'ਚ ਤਾਂ ਪੜਾਈ ਵੀ ਨਹੀਂ ਹੁੰਦੀ ਹੁੰਦੀ ਬੜਾਈ ਵੀ ਨਹੀਂ ਸੀ ਕਰਾਉਂਦੇ ਜੀ ਬੜੀ ਮੁਸ਼ਕਲ ਦੇ ਨਾਲ ਜੀ ਕੁੜੀਆਂ ਨੂੰ ਪੜ੍ਹਾਉਣ ਦੇ ਲਈ ਤਿਆਰ ਹੋਏ ਸੀ ਲੋਕ ਠੀਕ ਹੈ ਜੀ ਔਰ ਪਹਿਲੇ ਜਿਹੜੇ ਪਰਿਵਾਰਾਂ ਵਿੱਚੋਂ ਬੜੇ ਧਨਾੜ ਤੇ ਵੱਡੇ ਪਰਿਵਾਰਾਂ ਨੇ ਲੋਕਾਂ ਨੇ ਆਪਣੀਆਂ ਕੁੜੀਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਸੀ ਜੀ ਆ ਇਹ ਉਹਨਾਂ ਦਾ ਭਾਈ ਤਖਤ ਸਿੰਘ ਜੀ ਦਾ ਇੱਕ ਸੰਦੇਸ਼ ਆਇਆ ਮੁੜੇ ਨਾ ਕੰਮ ਥੋੜੇ ਨਾ ਪੈਸਾ ਜੁੜੇ ਨਾ ਤੇ ਲੰਗਰ ਥੋੜੇ ਨਾ ਕੀ ਬਾਤ ਹੈ ਇਹ ਕੰਮ ਇਸ ਤਰ੍ਹਾਂ ਹੀ ਚੱਲਦਾ ਰਹੇ ਪੈਸਾ ਵੀ ਜੁੜੇ ਨਾ ਜੁੜੇਗਾ ਤੇ ਲੜਾਈ ਥਾਂ ਬਣ ਜਾਂਦੀ ਹੈ ਠੀਕ ਹੈ ਜੀ ਤੋਂ ਉਹਨਾਂ ਦੇ ਵਿੱਚ ਆਂਦਾ ਰਹੇ ਲੱਗਦਾ ਰਹੇ ਆਂਦਾ ਰਹੇ ਲੱਗਦਾ ਰਹੇ ਹੋਰ ਸਾਰੀ ਉਮਰ ਉਹਨਾਂ ਨੇ ਸਟਰਗਲ ਕੀਤੀ ਠੀਕ ਹੈ ਜੀ ਪਰਫੈਕਟ ਪਰਸਨੈਲਿਟੀ ਮੈਂ ਕਹਿ ਸਕਦਾ ਕਿ ਸ਼ਾਇਦ ਤੁਸੀਂ ਜੇ ਗੁਣ ਗਿਣਨਾ ਚਾਹੋ ਤੇ ਗੁਣਾਂ ਦੀ ਗਿਣਤੀ ਦੇ ਵਿੱਚ ਜੀ ਕੋਈ ਵੀ ਐਸਾ ਗੁਣ ਨਹੀਂ ਹੋਏਗਾ ਜਿਹੜਾ ਉਹਨਾਂ ਦੇ ਵਿੱਚ ਨਾ ਹੋਵੇ ਠੀਕ ਹੈ ਜੀ ਤੇ ਓਗਣ ਲੱਭ ਲੱਗੋ ਤੇ ਕੋਈ ਵੀ ਐਸਾ ਓਗਣ ਨਹੀਂ ਹੋਵੇਗਾ ਜਿਹੜਾ ਉਹਨੇ ਜਲਬ ਜਾਵੇ ਕੀ ਬਾਤ ਹੈ ਜੀ ਤੋਂ ਬੜੀ ਹੀ ਪਰਫੈਕਟ ਪਰਸਨੈਲਿਟੀ ਅੱਜ ਇਹੋ ਜਿਹੇ ਲੋਕਾਂ ਦੀ ਬਹੁਤ ਕਮੀ ਹੈ ਇੰਨੀ ਕਿ ਨਹੀਂ ਹੈਗੇ ਹੈਗੇ ਨੇ ਪਰ ਕਮੀ ਹੈ ਬਿਲਕੁਲ ਜੀ ਤੇ ਸਰ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਖੜੇ ਆ ਤੇ ਲੋਕੇਸ਼ਨ ਕਿੱਥੇ ਦੇ ਪੈਂਦਾ ਇਸ ਸਕੂਲ ਕਿਉਂਕਿ ਬਹੁਤ ਸਾਰੇ ਜੋ ਇਤਿਹਾਸ ਨਾਲ ਜੁੜਨਾ ਚਾਹੁੰਦੇ ਆ ਜਾਂ ਜੁੜੇ ਹੋਏ ਲੋਕ ਨਹੀਂ ਉਹ ਵੇਟ ਜ਼ਰੂਰ ਕਰਨਗੇ ਜਾ ਜਿਨ੍ਹਾਂ ਦੇ ਜੇ ਕਹਿ ਦਈਏ ਨਾ ਵੱਡੇ ਵਡੇਰੇ ਇੱਥੇ ਪੜੇ ਹੋਣਗੇ ਉਹ ਵੀ ਇਸ ਸਕੂਲ ਵੱਲ ਜ਼ਰੂਰ ਰੁਕ ਕਰਨਗੇ ਪੁਰਾਣੇ ਸਮੇਂ ਵਿੱਚ ਜਿੰਨੀਆਂ ਵੀ ਕੁੜੀਆਂ ਪੜ੍ਹਦੀਆਂ ਸੀ ਕਰੀਬ ਕਰੀਬ ਇਸੇ ਸਕੂਲ 'ਚ ਹੀ ਪੜ੍ਹਦੀਆਂ ਸੀ ਜੀ ਇਹ ਜਗ੍ਹਾ ਜਿਹੜੀ ਹੈ ਫਿਰੋਜ਼ਪੁਰ ਸ਼ਹਿਰ ਦੇ ਲਹਿੰਦੇ ਪਾਸੇ ਠੀਕ ਹੈ ਅਮਰਤਸਰੀ ਗੇਟ ਤੇ ਕਸੂਰੀ ਗੇਟ ਦੋਹਾਂ ਗੇਟਾਂ ਤੋਂ ਰਾਹ ਪੈਂਦਾ ਇਹਨਾਂ ਮੇਨ ਜਿਹੜਾ ਗੇਟ ਹੈ ਉਹ ਕਸੂਰੀ ਗੇਟ ਵੱਲੋਂ ਚੱਲਦਾ ਜੀ ਤੇ ਪਿਛਲੇ ਪਾਸੇ ਜਿਹੜਾ ਸਕੂਲ ਦਾ ਪਿਛਲਾ ਗੇਟ ਹੈ ਉਹ ਅਮਰਤਸਰੀ ਗੇਟ ਵੱਲੋਂ ਪੈਂਦਾ ਠੀਕ ਹੈ ਜੀ ਤੋਂ ਸ਼ਹਿਰ ਦੇ ਲਹਿੰਦੇ ਪਾਸੇ ਰੇਲਵੇ ਸਟੇਸ਼ਨ ਦੇ ਨੇੜੇ ਪੈ ਜਾਂਦਾ ਕਿਉਂਕਿ ਜਦੋਂ ਭਾਈ ਤਖਸ ਸਿੰਘ ਜੀ ਨੇ ਬਣਾਇਆ ਸੀ ਇਹ ਜਗਾ ਤਾਂ ਇਹ ਰੇਲਵੇ ਸਟੇਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਸੀ ਕਿਉਂਕਿ ਲੋਕੇਸ਼ਨ ਵਾਈਜ਼ ਉਦੋਂ ਪਾਕਿਸਤਾਨ ਤੋਂ ਵੀ ਬੱਚੇ ਪੜ੍ਹਨ ਨਹੀਂ ਆਉਂਦੇ ਸੀ ਕੁੜੀਆਂ ਪੜ੍ਹਨ ਨਹੀਂ ਆਉਂਦੀਆਂ ਸੀ ਤੇ ਪੇਰੈਂਟਸ ਨੂੰ ਮੁਸ਼ਕਲ ਨਾ ਹੋਵੇ ਤਾਂ ਇਸ ਵਾਸਤੇ ਲੋਕੇਸ਼ਨ ਦੇਖ ਕੇ ਬਣਾਇਆ ਮੰਨ ਉਸ ਟਾਈਮ ਤੇ ਜੇ ਜਾਤਾਂ ਜਾਤ ਦਾ ਜਿਹੜਾ ਸਾਧਨ ਸੀ ਉਹ ਰੇਲਵੇ ਸੀ ਬਹੁਤ ਵਧੀਆ ਸਾਧਨ ਸੀ ਬਸ ਨੇੜੇ ਹੀ ਮਤਲਬ ਰੱਖਿਆ ਗਿਆ ਵੀ ਕੁੜੀਆਂ ਨੂੰ ਕੋਈ ਤਕਲੀਫ ਨਾ ਹੋਵੇ ਸਕੂਲ ਦੀ ਸ਼ੁਰੂਆਤ 1892 ਚ ਹੋਈ ਨਾ ਜੀ ਉਦੋਂ ਇਹ ਸ਼ਹਿਰ ਦੇ ਇਸੇ ਗੇਟ ਦੇ ਅੰਦਰਲੇ ਪਾਸੇ ਜੀ ਇੱਕ ਡਾਕਟਰ ਸਾਧੂ ਚੰਦ ਚੌਂਕ ਹੈ ਉਸ ਚੌਂਕ ਦੇ ਨਾਲ ਇੱਕ ਸੋਡੀਆਂ ਦੀ ਹਵੇਲੀ ਸੀ ਠੀਕ ਹੈ ਜੀ ਸ਼ੁਰੂਆਤ ਉੱਥੋਂ ਹੋਈ ਪਹਿਲੀਆਂ 5 ਕੁੜੀਆਂ ਉੱਥੇ ਪੜੀਆਂ ਤੇ ਉਹਨਾਂ ਵਿੱਚੋਂ ਇੱਕ ਕੁੜੀ ਮਨਾਵਾਂ ਦੀ ਵੀ ਸੀ ਜੀ ਅ ਇਥੋਂ ਦੀ ਪੜਾਈ ਜੀ ਤੁਸੀਂ ਇਸ ਗੱਲ ਤੋਂ ਸਮਝ ਸਕਦੇ ਹੋ ਜੀ ਕਿੰਨੀ ਕੁ ਵਧੀਆ ਜੀ ਤੇ ਅੱਜ ਤੋਂ ਕਰੀਬ 18 ਸਾਲ ਪਹਿਲਾਂ ਜੀ ਹ ਮੇਰੀ ਇੱਕ ਗੱਲ ਹੋਈ ਸਰਦਾਰ ਸਾਹਿਬ ਸੀ ਉਹ ਇੰਗਲੈਂਡ ਹਾਈ ਕਮਿਸ਼ਨ ਆਫਿਸ ਦੇ ਵਿੱਚ ਜੀ ਇੰਗਲੈਂਡ ਹਾਈ ਕਮਿਸ਼ਨ ਆਫਿਸ ਚ ਨਾ ਉਹ ਬੜੇ ਹਾਇਰ ਪੋਸਟ ਤੇ ਕੰਮ ਕਰਦੇ ਸੀ ਉਹਨਾਂ ਦਾ ਫੋਨ ਆਇਆ ਜੀ ਗੱਲਬਾਤ ਹੋਈ ਉਹ ਕਹਿੰਦੇ ਮੇਰੀ ਮਦਰ ਪਹਿਲੀਆਂ 5 ਕੁੜੀਆਂ ਵਿੱਚ ਇੱਥੇ ਪੜ੍ਹੀ ਹੈ। ਕੀ ਬਾਤ ਹੈ ਤੇ ਕਹਿੰਦੇ ਮੇਰਾ ਜੀ ਕਰਦਾ ਮੈਂ ਉੱਡ ਕੇ ਪਹੁੰਚ ਜਾਵਾਂ। ਠੀਕ ਹੈ ਜੀ। ਉਹ ਸਕੂਲ ਦੇਖਣ ਵਾਸਤੇ। ਠੀਕ ਹੈ ਜੀ। ਉਹ ਇਹ ਐਜੂਕੇਸ਼ਨ ਦਾ ਸਟੈਂਡਰਡ ਸੀ ਕਿ ਜਿਹੜੇ ਕੁੜੀਆਂ ਸ਼ੁਰੂਆਤ ਵਿੱਚ ਪੜ੍ਹੀਆਂ ਉਹਨਾਂ ਨੇ ਆਪਣੇ ਪਰਿਵਾਰਾਂ ਨੂੰ ਪੜਾਇਆ ਤੇ ਪਰਿਵਾਰ ਕਿੰਨੇ ਜ਼ਿਆਦਾ ਸਥਾਪਿਤ ਹੋ ਗਏ। ਮਲਾਜ ਕਿਤੇ ਦੀ ਕਿਤੇ ਪਹੁੰਚ ਗਏ ਜੀ। ਕਿਤੇ ਕਿਤੇ ਪਹੁੰਚ ਗਏ। ਕਿਉਂਕਿ ਅੱਜ ਵੀ ਕਿਤੇ ਨਾ ਕਿਤੇ ਕਈ ਪਰਿਵਾਰ ਸਟਰਗਲ ਕਰ ਰਹੇ ਨੇ ਆਪਣੇ ਬੱਚਿਆਂ ਨੂੰ ਪੜਾਉਣ ਲਈ। ਪਰ ਅੱਜ ਵੀ ਨਾ ਮੈਂ ਤੁਹਾਨੂੰ ਹੋਰ ਦੱਸਦਾ ਜੀ ਕਿ ਉਦੋਂ ਤੇ ਅੱਜ ਕੋਈ ਬਹੁਤਾ ਫਰਕ ਨਹੀਂ ਪਿਆ। ਮੈਂ ਇੱਥੇ ਮੱਛੀ ਮੰਡੀ ਦੇ ਨੇੜੇ ਮੱਛੀ ਮੰਡੀ ਗਾਇਕ ਪਰਿਵਾਰ ਦੇ ਵਿੱਚ ਅਜ ਤੋਂ 4-5 ਸਾਲ ਪਹਿਲਾਂ ਦੀ ਗੱਲ ਹੋਣੀ। ਠੀਕ ਹੈ। ਕਿ ਮੈਂ ਉਹਨਾਂ ਨੂੰ ਪੁੱਛਿਆ ਵੀ ਇੱਕ ਕੁੜੀ ਸੀ ਕਿਸੇ ਕੰਮ ਬੈਂਕ ਦੇ ਕੰਮ ਗਿਆ ਸੀ ਤੇ ਮੈਂ ਪੁੱਛਿਆ ਬੱਚੇ ਤੂੰ ਪੜਦੀ ਹੈਂ ਕਹਿੰਦੀ ਹਾਂ ਪੜਦੀ ਮੈਂ ਕਹਾਂ ਤੈਨੂੰ ਧਰਮ ਦੇ ਬਾਰੇ ਕੋਈ ਜਾਣਕਾਰੀ ਪਾਠ ਕਰਦੀ ਹੈ ਕਹਿੰਦੀ ਹਾਂ ਕਰਦੀ ਆ ਮੈਨੂੰ ਧਰਮ ਦੇ ਬਾਰੇ ਜਾਣਕਾਰੀ ਹੈਗੀ ਹੈ ਕਹਿੰਦੀ ਮੈਨੂੰ ਧਰਮ ਦੇ ਬਾਰੇ ਹੈਗੀ ਜਾਣਕਾਰੀ ਮੈਂ ਕਹਾਂ ਅੱਛਾ ਗੁਰੂ ਨਾਨਕ ਸਾਹਿਬ ਜੀ ਨੇ ਜਪਜੀਤ ਸਾਹਿਬ ਦੇ ਵਿੱਚ ਜੀਵਨ ਦਾ ਇੱਕ ਸਵਾਲ ਦੱਸਿਆ ਪਤਾ ਤੇ ਉਹਦਾ ਹੱਲ ਵੀ ਦੱਸਿਆ ਇਹੀ ਸਵਾਲ ਮੈਂ ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਵੀ ਕਰ ਚੁੱਕਾ ਸੀ ਕਈ ਗ੍ਰੰਥੀ ਸਿੰਘਾਂ ਨੂੰ ਕਈ ਬਜ਼ੁਰਗਾਂ ਨੂੰ ਬੀਬੀਆਂ ਨੂੰ ਬੱਚਿਆਂ ਨੂੰ ਪਰ ਕਿਸੇ ਨੇ ਕੋਈ ਸੰਤੁਸ਼ਟੀਯੋਗ ਜਵਾਬ ਨਹੀਂ ਦਿੱਤਾ ਸੀ ਉਹ ਕੁੜੀ ਨੇ ਇੱਕਦਮ ਜਵਾਬ ਦੇ ਦਿੱਤਾ ਕਹਿੰਦੀ ਹਾਂ ਜੀ ਮੈਨੂੰ ਪਤਾ ਹੈ ਕਿ ਕਿਵ ਸਚਿਆਰਾ ਹੋਈ ਐ ਕਿਵ ਕੂੜਾ ਟੁੱਟਾ ਪਾਲ ਇਹ ਸਵਾਲ ਜਿੰਦਗੀ ਦਾ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਤੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਜਵਾਬ ਹੈ ਜੀ ਤੇ ਮੈਂ ਹੈਰਾਨ ਹੋ ਗਿਆ ਜੀ ਵੀ ਇਸ ਕੁੜੀ ਨੂੰ ਇੱਕਦਮ ਇੰਨਾ ਜ਼ਿਆਦਾ ਪਤਾ ਬੜੇ ਨਾਰਮਲ ਜੇ ਪਰਿਵਾਰ ਨੂੰ ਬਿਲੋਂਗ ਕਰਦੀ ਐ ਤਾਂ ਇਹ ਕਿਵੇਂ ਹੋ ਸਕਦਾ ਕਿਵੇਂ ਹੋ ਸਕਦਾ ਵੀ ਮੈਂ ਪੁੱਛਿਆ ਮੈਂ ਕਿ ਬੱਚੇ ਤੂੰ ਪੜਦੀ ਕਿੱਥੇ ਆਂ ਕੰਦੀ ਮੈਂ ਸਿੱਕਨੇ ਸਕੂਲ ਪੜਦੀ ਆਂ ਜੀ ਤਾਂ ਇਹ ਫਰਕ ਹੁੰਦਾ ਇੱਕ ਆਮ ਸਕੂਲ ਦੀ ਪੜਾਈ ਤੇ ਇੱਕ ਧਾਰਮਿਕ ਸਕੂਲ ਦੇ ਸਿਕਨੇ ਸਕੂਲ ਦੀ ਪੜਾਈ। ਇਹ ਸਕੂਲ ਦੀ ਪੜਾਈ ਦਾ ਨਾ ਪਹਿਲਾਂ ਬੜਾ ਪ੍ਰਚਾਰ ਹੁੰਦਾ ਸੀ ਵੀ ਜਦੋਂ ਕਿਸੇ ਕੁੜੀ ਦਾ ਕੋਈ ਰਿਸ਼ਤਾ ਹੋਣਾ ਨਾ ਤੇ ਪਤਾ ਲੱਗਣਾ ਵੀ ਉਹ ਸਿਕਨੇ ਸਕੂਲ ਦੀ ਪੜ੍ਹੀ ਹੈ ਤੇ ਮੁੰਡੇ ਵਾਲੇ ਪੁੱਛਦੇ ਕੋਈ ਨਹੀਂ ਸੀ। ਕਹਿੰਦੇ ਠੀਕ ਹੈ ਸਿਕਨੇ ਸਕੂਲ ਦੀ ਪੜ੍ਹੀ ਤਾਂ ਮਤਲਬ ਬਹੁਤ ਚੰਗੀ ਮੰਗਣੀ ਵਿਆਹ ਦਾ ਕੰਮ ਹੁੰਦਾ ਸੀ। ਬਿਲਕੁਲ ਉਹ ਕਹਿੰਦੇ ਸੀ ਕੁੜੀ ਬਹੁਤ ਬਿਲਕੁਲ ਜੀ। ਤਾਂ ਇੰਨੀ ਜ਼ਿਆਦਾ ਰੈਪਿਊਟੇਸ਼ਨ ਸੀ ਇਹ ਸਕੂਲ ਦੀ। ਜੀ। ਅੱਜ ਵੀ ਮੈਂ ਸਮਝਦਾ ਵੀ ਹੁਣ ਧਾਰਮਿਕ ਕਲਾਸਾਂ ਸ਼ੁਰੂ ਹੋ ਚੁੱਕੀਆਂ ਨੇ ਬੱਚੇ ਬੜੇ ਬਰੀਕੀ ਨਾਲ ਧਰਮ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੁਆਰਾ ਲਏ ਜਾਂਦੇ ਪੇਪਰ ਦਵਾਏ ਜਾਂਦੇ ਨੇ ਇੱਥੇ ਤੇ ਬੱਚੇ ਜਿਹੜੇ ਨੇ ਧਰਮ ਦੀ ਸਿੱਖਿਆ ਲੈ ਰਹੇ ਨੇ ਮਿਊਜ਼ਿਕ ਦੀ ਸਿੱਖਿਆ ਲੈ ਰਹੇ ਨੇ ਮਿਊਜ਼ਿਕ ਤਾਂ ਕਿ ਸਾਡੇ ਪ੍ਰੋਜੈਕਟ ਵਿੱਚ ਤਿੰਨ ਚੀਜ਼ਾਂ ਸੀ ਇੱਕ ਤਾਂ ਲਾਇਬ੍ਰੇਰੀ ਇੱਕ ਤਾਂ ਧਾਰਮਿਕ ਸਿੱਖਿਆ ਤੇ ਇੱਕ ਸੰਗੀਤ ਸਿੱਖਿਆ ਜੀ ਉਹ ਤਿੰਨੇ ਅਸੀਂ ਸ਼ੁਰੂ ਕਰਦੇ ਹਾਂ ਜੇ ਗੱਲ ਕਰੀਏ ਜੀ ਅੱਗੇ ਸਾਰੀ ਆਪਾਂ ਡਿਟੇਲ ਨਾਲ ਵੀ ਡਿਸਕਸ਼ਨ ਕਰਾਂਗੇ ਜਦੋਂ ਪੰਜ ਕੁੜੀਆਂ ਇੱਕ ਮਲ ਘਰ ਦੇ ਵਿੱਚ ਹਾਂਜੀ ਪਹਿਲਾਂ ਘਰ ਦੇ ਵਿੱਚ ਸ਼ੁਰੂ ਹੋਇਆ ਸੀ ਜੀ ਛੋੜੀਆਂ ਦੀ ਹਵੇਲੀ ਸੀ ਉੱਥੇ ਸ਼ੁਰੂ ਹੋਇਆ ਪਰ ਉਹਦਾ ਬੜੀ ਸਟਰਗਲ ਦੇ ਨਾਲ ਹੋਇਆ ਕਿ ਕੋਈ ਵੀ ਆਪਣੀ ਕੁੜੀ ਨੂੰ ਪੜਾਉਣਾ ਨਹੀਂ ਸੀ ਚਾਹੁੰਦਾ ਜੀ ਫਿਰ ਦੂਜੀ ਗੱਲ ਸੀ ਪੜਾਉਣ ਵਾਲੇ ਜਿਹੜੇ ਸੀ ਉਹ ਯੰਗ ਉਮਰ ਦੇ ਸੀ 23 24 ਸਾਲ ਦੀ ਉਮਰ ਸੀ ਉਹਨਾਂ ਦੀ ਠੀਕ ਹੈ ਜੀ ਤਾਂ ਉਸ ਵੇਲੇ ਕਲਚਰ ਨਹੀਂ ਸੀ ਹੈਗਾ ਇਸ ਤਰ੍ਹਾਂ ਦਾ ਪੜਾਉਂਦਾ ਜੀ ਪਰ ਉਹ ਉੱਥੋਂ ਸ਼ੁਰੂਆਤ ਹੋਈ ਫਿਰ ਹੌਲੀ-ਹੌਲੀ ਜਾਗ ਲੱਗਦੀ ਲੱਗਦੀ ਲੋਕ ਵਧਦੇ ਗਏ ਬੱਚੇ ਵਧਦੇ ਗਏ ਫਿਰ ਇਹਨਾਂ ਨੇ ਉਸ ਉਹਦਾ ਧਰਮਸ਼ਾਲਾ ਕਹਿੰਦੇ ਸੀ ਗੁਰਦੁਆਰੇ ਨੂੰ ਜੀ ਸੋਡੀਆਂ ਦੇ ਧਰਮਸ਼ਾਲਾ ਵਿੱਚ ਕੀਤਾ ਇਹਨਾਂ ਨੇ ਅਰੇਂਜਮੈਂਟ ਉਸ ਤੋਂ ਬਾਅਦ ਫਿਰ ਇੱਕ ਇੱਥੇ ਜੁਬਲੀ ਧਰਮਸ਼ਾਲਾ ਸੀ ਠੀਕ ਹੈ ਜੀ ਜਿਹਨੂੰ ਕੇ ਉਹ ਕਮਰਾ ਕਰਾਏ ਤੇ ਲਿਆ ਉਹਦੇ ਬਾਅਦ ਉਹ ਜੁਬਲੀ ਧਰਮਸ਼ਾਲਾ ਕਿ ਆਇੰਦਾ ਸੀ ਉੱਥੇ ਸਕੂਲ ਚੱਲਦਾ ਰਿਹਾ ਬਾਅਦ ਵਿੱਚ ਖਾਲਸਾ ਸਕੂਲ ਠੀਕ ਆ ਉਹਦੇ ਵਿੱਚ ਵੀ ਬੱਚੇ ਪੜ੍ਹਦੇ ਰਹੇ ਫਿਰ ਜਦੋਂ ਬੱਚੇ ਹੋਰ ਜ਼ਿਆਦਾ ਹੋ ਗਏ ਜੀ ਤਾਂ ਫਿਰ ਉਹਨਾਂ ਨੇ ਇੱਥੇ ਪ੍ਰਣ ਲਿਆ ਕਿ ਮੈਨੂੰ ਪੈਸੇ ਇਕੱਠੇ ਕਰਨੇ ਨੇ 50000 ਰੁਪਇਆ ਜੇਕਰ ਇਕੱਠਾ ਹੋਏਗਾ ਤਾਂ ਮੈਂ ਮੁੜਾਂਗਾ ਨਹੀਂ ਤੇ ਮੈਂ ਨਹੀਂ ਆਵਾਂਗਾ ਇਹ ਚਿੱਠੀ ਉਹਨਾਂ ਨੇ ਦਿੱਲੀ ਤੋਂ ਲਿਖੀ ਸੀ ਅਚਨ ਚੇਤ ਚਲੇ ਗਏ ਸੀ ਇੱਥੋਂ ਠੀਕ ਹੈ ਜੀ ਫਰਵਰੀ 2 1911 ਦੇ ਵਿੱਚ ਠੀਕ ਹੈ ਜੀ ਤੇ ਫਰਵਰੀ 1911 ਚ 16 ਨੂੰ ਗਏ ਸੀ 17 ਨੂੰ ਉਹਨਾਂ ਚਿੱਠੀ ਲਿਖੇ ਤਾਂ ਆਪਣੇ ਬੱਚਿਆਂ ਨੂੰ ਇਹ ਕਿਹਾ ਸੀ ਵੀ ਜੇ ਤਾਂ ਮੈਂ 50000 ਰੁਪਏ ਇਕੱਠਾ ਕਰ ਲਿਆ ਮੈਂ ਮੁੜਾਂਗਾ ਜੇ ਨਾ ਹੋਇਆ ਤੇ ਮੈਂ ਸਾਰੀ ਉਮਰ ਪੈਸੇ ਭੇਜਦਾ ਰਵਾਂਗਾ ਵਾਪਸ ਨਹੀਂ ਆਵਾਂਗਾ ਮਤਲਬ ਵੀ ਆਪਣੇ ਜੋ ਉਹਨਾਂ ਸੁਪਨਾ ਜੀ ਬੱਚਿਆਂ ਨੂੰ ਪੜਾਉਣ ਦਾ ਧੀਆ ਨੂੰ ਪੜਾਉਣ ਦਾ ਮਤਲਬ ਵੀ ਉਹਨਾਂ ਦੀ ਮੈਂ ਇਨਵੈਸਟ ਕਰਦਾਂ ਉਹ ਕਹਿੰਸੀ ਵੀ ਤੁਸੀਂ ਵੀ ਆਪਣੇ ਆਪ ਨੂੰ ਦੂਜੇ ਅਨਾਥ ਬੱਚਿਆਂ ਤਰ੍ਹਾਂ ਸਮਝ ਲੈਣਾ ਠੀਕ ਹੈ ਜੀ ਤੇ ਤੁਹਾਡੇ ਮਾਤਾ ਪਿਤਾ ਤੁਹਾਡੇ ਮਾਸਟਰ ਹੀ ਹੋਣਗੇ ਜਿਹੜੇ ਪੜਾਉਂਦੇ ਨੇ ਇਹੀ ਹੋਣਗੇ ਤੁਹਾਡੇ ਮਾਤਾ ਪਿਤਾ ਤਾਂ ਇਹਨਾਂ ਨੂੰ ਹੀ ਤੁਸੀਂ ਜਿਹੜਾ ਆਪਣੇ ਮਾਤਾ ਪਿਤਾ ਸਮਝਣਾ ਮੈਂ ਨਹੀਂ ਆਵਾਂਗਾ ਤਾਂ ਲੋਕਾਂ ਨੇ ਸੋਚਿਆ ਵੀ 50000 ਰੁਪਏ ਕਿਵੇਂ ਇਕੱਠਾ ਕਰਨਗੇ ਠੀਕ ਹੈ ਜਦੋਂ ਤਨਖਾਹ 10 ਰੁਪਏ ਮਹੀਨਾ ਹੁੰਦੀ ਸੀ ਪਰ ਉਹਨਾਂ ਨੇ ਉਹ ਸਾਲ ਦੇ ਵਿੱਚ ਇਕੱਠੇ ਕਰ ਲਏ ਉਹ ਟਾਪੂਆਂ ਤੇ ਗਏ ਸਾਊਥੀ ਈਸਟੇਸ਼ੀਨ ਕੰਟਰੀਸ 'ਚ ਗਏ ਠੀਕ ਹੈ ਉਹਨਾਂ ਨੇ ਮਸ਼ਕਤ ਕੀਤੀ ਸੰਗਤ ਨੇ ਸਹਿਯੋਗ ਦਿੱਤਾ ਠੀਕ ਹੈ ਉਹਨਾਂ ਨੇ 50000 ਰੁਪਏ ਇਕੱਠਾ ਕੀਤਾ ਜੀ ਤੇ ਆ ਕੇ ਇਹ ਸਕੂਲ ਦੀ ਬਿਲਡਿੰਗ ਨੂੰ ਨਕਸ਼ਾ ਵੀ ਉਹਨਾਂ ਨੇ ਫਰਾਂਸ ਤੋਂ ਲਿਆਂਦਾ ਇਹ ਨਕਸ਼ਾ ਜਿਹੜਾ ਤੁਸੀਂ ਦੇਖਦੇ ਹੋ ਠੀਕ ਹੈ ਜੀ ਤੇ ਫਰਾਂਸ ਦਾ ਬਣਿਆ ਹੋਇਆ ਜੀ ਇਹ ਦੋ ਮੰਜ਼ਲਾ ਦਾ ਨਕਸ਼ਾ ਸੀ ਇੱਕ ਮੰਜ਼ਲ ਉਹ ਆਪਣੇ ਜਿਉਂਦੇ ਜੀ ਬਣਾ ਗਏ ਦੂਸਰੀ ਮੰਜ਼ਲ ਸਾਥੋਂ ਨਹੀਂ ਬਣੀ ਠੀਕ ਹੈ ਜੀ ਤੇ ਜੇ ਭਾਈ ਜੀ ਸਰ ਜੇ ਗੱਲ ਕਰੀਏ ਜੀ ਭਾਈ ਸਾਹਿਬ ਦੇ ਜੀਵਨ ਬਾਰੇ ਥੋੜਾ ਜਿਹਾ ਪਰਿਵਾਰ ਚ ਕੌਣ ਕੌਣ ਸੀ ਅੱਜ ਵੀ 1862 ਵਿੱਚ ਇਹਨਾਂ ਦਾ ਜਨਮ ਹੋਇਆ ਜੀ ਤੇ ਇਹ ਖੋਸੇ ਪਰਿਵਾਰਾਂ ਚੋਂ ਸੀ ਇਹਨਾਂ ਦੇ ਪਿਤਾ ਜੀ ਵੀ ਨੌਕਰੀ ਕਰਦੇ ਸਨ ਤੇ ਖੋਸੇ ਜਿਹੜੇ ਅਫਦਾਲੀਆਂ ਦੇ ਟਾਈਮ ਤੇ ਜਦੋਂ ਲੁੱਟਖੋ ਕਰਦੇ ਸਨ ਉਹਨਾਂ ਨੂੰ ਖੋਸੇ ਕਹਿੰਦੇ ਸਨ ਖੋਹ ਲੈਂਦੇ ਸੀ ਜਿਹੜੇ ਅਫਗਾਨੀਆਂ ਤੋਂ ਖੋਲੰਦੇ ਸੀ ਹਾਂ ਜਿਹੜੇ ਅਫਗਾਨੀਆਂ ਤੋਂ ਖੋਲੰਦੇ ਸੀ ਸਰਦਾਰ ਠੀਕ ਹੈ ਜੀ ਤੇ ਇਸ ਕਰਕੇ ਇਹਨਾਂ ਨੂੰ ਖੋਸੇ ਕਹਿੰਦੇ ਸੀ ਇਹ ਫਿਰ ਫਰੋਈਪੁਰ ਆ ਕੇ ਵਸ ਗਏ ਠੀਕ ਹੈ ਜੀ ਇਹਨਾਂ ਦੀ ਵਾਈਫ ਜਿਹੜੀ ਸੀ ਹਰਨਾਮ ਕੌਰ ਉਹ ਵੀ ਇੱਥੇ ਉਦਾਸੀ ਸਾਧੂ ਰਹਿੰਦੇ ਸੀ ਇੱਕ ਉਹਨਾਂ ਦੀ ਬੇਟੀ ਸਨ ਬੜੇ ਐਜੂਕੇਟਿਡ ਸੀ ਬੜੇ ਛੋਟੀ ਉਮਰ ਚ ਉਹਨਾਂ ਨੇ ਪੜਾਉਣਾ ਸ਼ੁਰੂ ਕਰਤਾ ਸੀ ਇਹ ਵੀ ਇੱਕ ਰਿਕਾਰਡ ਸੀ ਕਿ ਉਹ ਪਹਿਲੇ ਔਰਮਨ ਟੀਚਰ ਸਨ ਇਥੋਂ ਦੇ ਠੀਕ ਹੈ ਜੀ ਉਹਨਾਂ ਉੱਤੇ ਕਰਮ ਸਿੰਘ ਹਿਸਟੋਰੀਅਨ ਨੇ ਕਿਤਾਬ ਲਿਖੀ ਸੀ ਜੀ ਹਰਨਾਮ ਕੌਰ ਦੇ ਉੱਤੇ ਉਹ ਹੁਣ ਖਤਮ ਹੋ ਗਈ ਸੀ ਤੇ ਫਿਰ ਡਾਕਟਰ ਪੂਰਨ ਸਿੰਘ ਜੀ ਜਿਹੜੇ ਕਿ ਆਕਸਫੋਰਡ ਯੂਨੀਵਰਸਿਟੀ ਚ ਅਸਿਸਟੈਂਟ ਲਾਇਬ੍ਰੇਰੀਅਨ ਸਨ ਉਹਨਾਂ ਨੇ ਉਹਦੀ ਸੰਪਾਦਨਾ ਕੀਤੀ ਕਿਤਾਬ ਦੀ ਜੀ ਦੁਬਾਰਾ ਛਪੀ ਉਹ ਕਿਤਾਬ ਜੀ ਕੋਈ ਸੱਜਣ ਪੜ੍ਹ ਸਕਦੇ ਨੇ ਤਾਂ ਉਹਦੇ ਵਿੱਚ ਉਹਨਾਂ ਨੇ ਬੜਾ ਵੇਰਵੇ ਨਾਲ ਹਾਲ ਦੱਸਿਆ ਹਰਨਾਮ ਕੌਰ ਦਾ ਠੀਕ ਹੈ ਜੀ ਉਹ ਵੀ ਇੱਕ ਡਿਵੋਟਿਡ ਲੇਡੀ ਸਨ ਜਿਨ੍ਹਾਂ ਨੇ ਆਪਣੇ ਪੂਰਾ ਜੀਵਨ ਜਿਹੜਾ ਸੀ ਇਸਤਰੀ ਵਿਦਿਆ ਤੇ ਲਾਤ ਤਾਂ ਭਾਈ ਤਖਤ ਸਿੰਘ ਜੀ ਦੇ ਸਾਥ ਦਿੰਦੇ ਹੋਏ ਆ ਠੀਕ ਹੈ ਆ ਸਾਥ ਪੂਰਨਾ ਨੇ ਹਰਨਾਮ ਕੋਰ ਜੀ ਪਹਿਲਾਂ ਚਲਾਣਾ ਕਰ ਗਏ ਉਸ ਤੋਂ ਬਾਅਦ ਪਾਇਤਖ ਸੰਗੀਤਾ ਵਿਆ ਆਗਿਆ ਕਾਰਨ ਕਰਤਾ ਉਹ ਵੀ ਸੇਵਾਦਾਰ ਸਨ ਬੜੇ ਵੱਡੇ ਸਮਾਜ ਸੇਵਕ ਸਨ ਤੇ ਉਹਨਾਂ ਦੇ ਜਿਹੜੇ 50 ਹਜ਼ਾਰੇ ਪ੍ਰਣ ਦੇ ਵਿੱਚ ਆਗਿਆ ਕੌਰ ਜੀ ਉਹਨਾਂ ਦੇ ਨਾਲ ਗਏ ਸਨ ਠੀਕ ਹੈ ਜੀ ਤਾਂ ਇਹਨਾਂ ਦੇ ਬੱਚੇ ਜਿਹੜੇ ਵੱਡੇ ਬਟੇ ਗੁਰਬਖਸ਼ ਸਿੰਘ ਸਨ ਉਹ ਫੌਜ ਵਿੱਚ ਕੰਮ ਕਰਦੇ ਫੌਜ ਕਰਦੇ ਸੀ ਨੌਕਰੀ ਦੂਸਰੇ ਉਹਨਾਂ ਦੇ ਬੇਟੇ ਪ੍ਰੀਤਮ ਸਿੰਘ ਉਹ ਜੈਤੋ ਦੇ ਮੋਰਚੇ ਸ਼ਹੀਦ ਹੋ ਗਏ ਸੀ ਠੀਕ ਹੈ ਜੀ ਤੇ ਤੀਸਰੀ ਬੇਟੀ ਉਹਨਾਂ ਦੀ ਪ੍ਰੀਤਮ ਕੌਰ ਤੇ ਆਗਿਆ ਕੌਰ ਦੇ ਜਿਹੜੀ ਬੇਟੀ ਸੀ ਗੁਰਬਖਸ਼ ਕੌਰ ਠੀਕ ਹੈ ਇਹ ਚੰਡੀਗੜ੍ਹ ਚ ਰਹਿੰਦੇ ਸੀ ਪਰਮਪਾਲ ਸਿੰਘ ਮਾਨ ਇਹਨਾਂ ਦੇ ਹਸਬੰਦ ਦਾ ਨਾਂ ਸੀ ਇਹ ਗੁਰਬਖਸ਼ ਕੌਰ ਡੀਪੀਆਈ ਕਾਲਜes ਰਿਟਾਇਰ ਹੋਏ ਸਨ ਅੱਛੀ ਪੋਸਟ ਤੋਂ ਰਿਟਾਇਰ ਹੋਏ ਸਨ ਉਹਨਾਂ ਦੇ ਆਪਣੇ ਬੱਚੇ ਵੀ ਚੰਗਾ ਪੜੇ ਸੀ ਚੰਗਾ ਸਥਾਪਿਤ ਹੋਏ ਚੰਗਾ ਪੜੇ ਉਹਨਾਂ ਨੇ ਹੋਰ ਉਹਨਾਂ ਨੂੰ ਵੀ ਪੜਾਇਆ ਤੇ ਇਸ ਤਰ੍ਹਾਂ ਇਹਨਾਂ ਦਾ ਪਰਿਵਾਰ ਜਿਹੜਾ ਸੀ ਚੰਗਾ ਸਥਾਪਿਤ ਪਰਿਵਾਰ ਸੀ ਜੀ ਸਰ ਆਜੋ ਨਾਲ-ਨਾਲ ਸਕੂਲ ਵੀ ਦਿਖਾਉਣੇ ਆ ਜੀ ਸਰ ਜੇ ਗੱਲ ਕਰੀਏ ਜੀ ਮਤਲਬ ਬਹੁਤ ਪੁਰਾਣਾ ਸਕੂਲ ਹੈ ਪੰਜਾਬ ਦੇ ਇਤਿਹਾਸ ਦਾ ਹਾਂਜੀ ਤੇ ਬਹੁਤ ਸਾਰੇ ਜੇ ਕਹ dielੇ ਸੈਲੀਬ੍ਰਿਟੀ ਬਹੁਤ ਸਾਰੇ ਲੀਡਰ ਬਹੁਤ ਸਾਰੀਆਂ ਜਿਹੜੀਆਂ ਪੱਟੀਆਂ ਫੈਮਿਲੀਆਂ ਹੋਣੀਆਂ ਉਹ ਟਾਈਮਾਂ 'ਚ ਉਹਨਾਂ ਦੀਆਂ ਧੀਆਂ ਪੜਨਾ ਮਤਲਬ ਤੇ ਬਹੁਤ ਸਾਰੇ ਜਿਹੜੇ ਲੋਕਲ ਇੱਥੋਂ ਦੇ ਹੋਣਗੇ ਮਤਲਬ ਅੱਜ ਵੀ ਤੁਹਾਡੇ ਕੋਲੇ ਆਉਂਦੇ ਹੋਣਗੇ ਕਿ ਕੌਣ ਕੌਣ ਇੱਥੇ ਪੜੇ ਹੋਏ ਜੀ ਹਾਂਜੀ ਇੱਥੇ ਅਮਿਤab ਬਚਨ ਦੀ ਮਦਰ ਤੇਜੀ ਬਚਨ ਠੀਕ ਹੈ ਜੀ ਉਹ ਇੱਥੇ ਪੜਦੇ ਰਹੀ ਅਦਿੱਤਿਆ ਰਾਜ ਕਪੂਰ ਦੀ ਮਦਰ ਜੀ ਬੀਤਾ ਬਾਲੀ ਜੀ ਉਹ ਇੱਥੇ ਪੜਦੇ ਰਹੀ ਅਦਿੱਤਿਆ ਰਾਜਕਪੂਰ ਆਪਣੀ ਵਾਈਫ ਦੇ ਨਾਲ ਇੱਥੇ ਆਇਆ ਸੀ ਜੀ ਔਰ ਅੱਜ ਵੀ ਉਹਨਾਂ ਦੇ ਵਿਜ਼ਟਰ ਰਜਿਸਟਰ ਦੇ ਵਿੱਚ ਰਿਮਾਰਕਸ ਦਿੱਤੇ ਹੋਏ ਨੇ ਕਿ ਉਹਨਾਂ ਨੇ ਇਹ ਸਕੂਲ ਨੂੰ ਦੇਖ ਕੇ ਕੀ ਫੀਲ ਕੀਤਾ ਜੀ ਆਪਣੀ ਮਾਤਾ ਦੇ ਸਕੂਲ ਨੂੰ ਦੇਖ ਕੇ ਠੀਕ ਹੈ ਜੀ ਤਾਂ ਇਸ ਤੋਂ ਇਲਾਵਾ ਬਾਦਲ ਪਰਿਵਾਰ ਚੋਂ ਬਰਨਾਲਾ ਪਰਿਵਾਰ ਚੋਂ ਮਹਾਰਾਣੀ ਧੋਲਪੁਰ ਇੱਥੇ ਪੜਦੀ ਰਹੀ ਠੀਕ ਹੈ ਜੀ ਤੇ ਉਹਨਾਂ ਦੇ ਆਪਣੇ ਪਰਿਵਾਰ ਦੇ ਵੀ ਇੱਥੇ ਹੀ ਪੜੇ ਨੇ ਬੱਚੇ ਠੀਕ ਹੈ ਇਸ ਤੋਂ ਇਲਾਵਾ ਜਿਹੜੇ ਬੱਚੇ ਇੱਥੇ ਪੜਦੇ ਰਹੇ ਉਹ ਬੜੀਆਂ ਅੱਛੀਆਂ ਪੋਸਟਾਂ ਤੇ ਜਾਂਦੇ ਰਹੇ ਜਿਵੇਂ ਮੈਂ ਤੁਹਾਨੂੰ ਥੋੜੀ ਦੇਰ ਪਹਿਲਾਂ ਜ਼ਿਕਰ ਕੀਤਾ ਸੀ ਜੀ ਕਿ इंग्लैंड हाई कमीशन ऑफिस ਦੇ ਵਿੱਚ ਜਿਹੜੇ ਸਰਦਾਰ ਸਾਹਿਬ ਕੰਮ ਕਰਦੇ ਸੀ ਉਹ ਉਹਨਾਂ ਦੀ ਮਾਂ ਇੱਥੇ ਪੜੀ ਸੀ ਠੀਕ ਹੈ ਜੀ ਇਸ ਤੋਂ ਇਲਾਵਾ ਬਹੁਤ ਸਾਰੇ ਸੈਲੀਬ੍ਰਿਟੀਜ਼ ਜਿਹੜੇ ਨੇ ਇੱਥੇ ਪੜਦੇ ਰਹੇ ਨੇ ਜੀ ਇੱਥੇ ਕਾਫੀ ਸਾਰੀਆਂ ਫਿਲਮਾਂ ਵੀ ਬਣੀਆਂ ਨੇ ਠੀਕ ਹੈ ਜੀ ਜਿਨ੍ਹਾਂ ਵਿੱਚੋਂ ਬੰਬੂ ਕਾਟ ਸ਼ਹੀਦ ਆਜ਼ਮ ਜੀ ਸੁਪਰ ਸਿੰਘ ਇਸ ਤਰ੍ਹਾਂ ਦੀਆਂ ਫਿਲਮਾਂ ਬਣੀਆਂ ਥੇ ਠੀਕ ਹੈ ਜੀ ਤੇ ਮੈਨੂੰ ਲਾਇਕ ਲੇਟੈਸਟ ਮੂਵੀ ਆ ਰਹੀ ਹੈ ਬੱਬੂ ਮਾਨ ਦੀ ਆ ਬੱਬੂ ਮਾਨ ਦੀ ਇਹ ਫਿਲਮ ਆ ਰਹੀ ਹੈ ਉਹਦੇ ਵਿੱਚ ਜਿਹੜਾ ਫਿਰੋਜ਼ਪੁਰ ਕੈਂਟਨਮੈਂਟ ਦਾ ਕਿਲਾ ਦਿਖਾਇਆ ਉਹ ਸਕੂਲ ਦੀ ਬਿਲਡਿੰਗ ਹੈ ਉਹਦਾ ਸਕੂਲ ਦਾ ਫਰੰਟ ਦਿਖਾਇਆ ਹੁੰਦਾ ਉਹਦੇ ਚ ਠੀਕ ਹੈ ਉਹ ਜਿਹੜਾ ਜੇਲ੍ਹ ਚੋਂ ਬਾਹਰ ਨਿਕਲਦਾ ਜਿਹੜਾ ਜੇਲ੍ਹ ਹਾਂ ਜਿਹੜਾ ਉਹਦੇ ਵਿੱਚ ਸੀ ਬੰਬੂ ਕਾਰਡ ਦੇ ਵਿੱਚ ਉਹਦੇ ਵਿੱਚ ਜਦੋਂ ਮੋਟਰਸਾਈਕਲ ਲੈ ਕੇ ਗੇਟ ਤੋਂ ਨਿਕਲਦਾ ਜੀ ਟਰੱਕ ਬਾਹਰੋਂ ਅੰਦਰ ਆ ਰਿਹਾ ਹੁੰਦਾ ਤੇ ਉਹ ਮੋਟਰਸਾਈਕਲ ਲੈ ਕੇ ਬਾਹਰ ਜਾਂਦਾ ਉਹ ਵੀ ਇਸੇ ਗੇਟ ਦੀ ਡਿਊਟੀ ਚ ਜਾ ਰਿਹਾ ਹੁੰਦਾ ਠੀਕ ਹੈ ਜੀ ਤੇ ਮਤਲਬ ਬਹੁਤ ਸਾਰਾ ਜੇ ਕਹਿ ਦੀਏ ਪੀ ਪੰਜਾਬੀ ਮੀਡੀਆ ਆ ਜਾਂ ਮਤਲਬ ਜੋ ਵੱਡੇ ਵੱਡੀਆਂ ਫਿਲਮਾਂ ਵੀ ਇੱਥੇ ਸ਼ੂਟ ਹੋਈਆਂ ਹਾਂ ਜੀ ਕਈ ਫਿਲਮਾਂ ਸ਼ੂਟ ਹੋਈਆਂ ਜੀ ਸਰ ਜੇ ਗੱਲ ਕਰੀਏ ਉਹ ਇਸ ਤੋਂ ਬਾਅਦ ਸਕੂਲ ਦੀ ਜਿਹੜੀ ਬਿਲਡਿੰਗ ਹੈ ਇਹ ਬਿਲਕੁਲ ਸੇਮ ਉੱਪਰ ਡਾਟ ਦੇਖ ਸਕਦੇ ਹੋ ਉਹੀ ਜਿਹੜੇ ਵੱਡੇ ਗਾਰਡਰ ਨੇ ਤੇ ਇੱਥੇ ਝਰੋਖੇ ਜਿਵੇਂ ਬਣੇ ਆ ਪਹਿਲਾਂ ਜਿਵੇਂ ਭਾਂਡੇ ਹੁੰਦੇ ਸੀਗੇ ਤੇ ਮਤਲਬ 3 3 2 2 ਫੁੱਟ ਚੌੜੀਆਂ ਕੰਧਾਂ ਨੇ ਬਿਲਕੁਲ ਜੀ ਇਹ ਜਿਉਂ ਦੀ ਤਿਉਂ ਹੀ ਰੱਖਿਆ ਹੋਇਆ ਜੀ ਸਾਰਾ ਤੇ ਇਹਦਾ ਮੈਂਟੇਨੈਂਸ ਤਾਂ ਇਹਦੇ ਵਿੱਚ ਜਿਹੜਾ ਬਿਲਡਿੰਗ ਤਾਂ ਖਲਿਓਂ ਦੀਵਾਰਾਂ ਤਾਂ ਹੋਮੇ ਨੇ ਜੀ ਪਰ ਇਹਦੇ ਉੱਪਰ ਛੱਤਾਂ ਜਿਹੜੀਆਂ ਨੇ ਕੋਈ ਚੇਂਜ ਕਰਤੀਆਂ ਨੇ ਲੈਂਟਰ ਪਾਤੇ ਨੇ ਠੀਕ ਹੈ ਜੀ ਦੋ ਬਰਾਂਡਿਆਂ ਦੀਆਂ ਛੱਤਾਂ ਜਿਹੜੀਆਂ ਰਹੰਦੀਆਂ ਨੇ ਜਿਹੜੀਆਂ ਡਾਟਾਂ ਵਾਲੀਆਂ ਨੇ ਅਜੇ ਜੀ ਇਹ ਰਿਪੇਅਰ ਮੰਗਦੀਆਂ ਨੇ ਇਹਨਾਂ ਨੂੰ ਕੋਸ਼ਿਸ਼ ਹੈ ਵੀ ਜਲਦੀ ਇਹਨਾਂ ਨੂੰ ਵੀ ਜਿਹੜਾ ਰਿਪੇਅਰ ਕਰਤਾ ਜਾਏਗਾ ਠੀਕ ਹੈ ਜੀ ਇਸ ਤੋਂ ਬਾਅਦ ਦਰਵਾਜ਼ੇ ਜਿਹੜੇ ਨੇ ਖਰਾਬ ਹਾਲਤ ਵਿੱਚ ਨੇ ਦੀਵਾਰਾਂ ਦੇ ਵਿੱਚ ਕਿਉਂਕਿ ਇੱਥੇ ਪਾਣੀ ਆਇਆ ਸੀ 88 ਵਿੱਚ ਠੀਕ ਹੈ ਤੇ ਦੀਵਾਰਾਂ ਜਿਹੜੀਆਂ ਨੇ ਉਹ ਵੀ ਖਰਾਬ ਹੋਈਆਂ ਹੋਈਆਂ ਨੇ ਇਹਨਾਂ ਤੇ ਚਿਣਾਈ ਜਿਹੜੀ ਚੂਨੇ ਦੀ ਹੋਈ ਹੋਈ ਹੈ ਠੀਕ ਹੈ ਜੀ ਤੇ ਚੂਨੇ ਦਾ ਹੀ ਅਸੀਂ ਚਾਹੁੰਦੇ ਆ ਵੀ ਪਲੈਸਟਰ ਦੁਬਾਰਾ ਕਰੀਏ ਇਹਨੂੰ ਤਾਂ ਜੋ ਮਤਲਬ ਨਾਲ ਨਾਲ ਮੈਂ ਦੋਸਤੋ ਇੱਕ ਬੇਨਤੀ ਵੀ ਕਰਦਾ ਵੀ ਜੋ ਵੀ ਕਹਿੰਦੇ ਨੇ ਆਪਣੇ ਵਿਰਾਸਤ ਨੂੰ ਆਪਣੇ ਸੱਭਿਆਚਾਰ ਨੂੰ ਜਾਂ ਆਪਣੇ ਮਤਲਬ ਕਹਿੰਦੇ ਨੇ ਪੰਜਾਬ ਨੂੰ ਪਿਆਰ ਕਰਦੇ ਹੋ ਖਾਸ ਕਰਕੇ ਜਿਹੜੇ ਬਾਹਰ ਮੇਰੇ ਮਿੱਤਰ ਬੈਠੇ ਨੇ ਤਾਂ ਜ਼ਰੂਰ ਜਿੰਨਾ ਹੋ ਸਕਦਾ ਹੈ ਸਕੂਲ ਵੱਲ ਆਪਾਂ ਨਿਗਾਹ ਮਾਰੀ ਕਿਉਂਕਿ ਸਭ ਤੋਂ ਵੱਡੀ ਵਿਰਾਸਤ ਇੱਕ ਸਾਂਭੀ ਜੇ ਆਪਣੇ ਕੋਲੇ ਹੈਗੀ ਆ ਤਾਂ ਜੋ ਭਾਈ ਸਾਹਿਬ ਨੇ 1892 ਚ ਜੋ ਆਪਣੀ ਸੋਚ ਲੈ ਕੇ ਆਏ ਸੀ ਉਹਨਾਂ ਨੂੰ ਹ ਹੁਣ ਤੱਕ ਜਿਉਂਦਾ ਰੱਖਿਆ ਤਾਂ ਮੈਂ ਕਹਿੰਦਾ ਇਹਨੂੰ ਹਜ਼ਾਰਾਂ ਸਾਲ ਤੱਕ ਜਿਉਂਦਾ ਰੱਖੀਏ ਵੀ ਸਾਰੇ ਪੰਜਾਬੀ ਇਕਜੁੱਟ ਹੋ ਕੇ ਜਿੰਨਾ ਵੀ ਹੋ ਸਕਦਾ ਇਹ ਸਕੂਲ ਵੱਲ ਆਪਾਂ ਧਿਆਨ ਦੇਈਏ ਜੋ ਤੁਸੀਂ ਦਾਨ ਕਰ ਸਕਦੇ ਹੋ ਜੋ ਤੁਹਾਡੇ ਕੋਲੇ ਕਿਸੇ ਕੋਲ ਟੀਮ ਹੈਗੀ ਆ ਕੋਈ ਜੇ ਕਹਿ ਦੀਏ ਚੂਨੇ 'ਚ ਕੰਮ ਕਰਨ ਵਾਲੀ ਟੀਮ ਹੈਗੀ ਜਾਂ ਮੇਰੇ ਨਾਲ ਮਿਸਤਰੀ ਭਰਾ ਜੁੜੇ ਉਹ ਵੀ ਕਮੈਂਟ ਕਰਕੇ ਦੱਸਿਓ ਵੀ ਕੌਣ ਇਹਨੂੰ ਸਹੀ ਤਰੀਕੇ ਨਾਲ ਬਣਾ ਸਕਦਾ ਤੇ ਤੁਸੀਂ ਮੈਨੇਜਮੈਂਟ ਕਮੇਟੀ ਨਾਲ ਗੱਲਬਾਤ ਕਰ ਸਕਦੇ ਹੋ ਸਰ ਜੇ ਹੁਣ ਗੱਲ ਕਰੀਏ ਸਕੂਲ ਬਹੁਤ ਸਾਰੇ ਨਹੀਂ ਅੱਜ ਦੇ ਟਾਈਮ ਉਹ ਟਾਈਮਾਂ 'ਚ ਮਤਲਬ ਇਹ ਪਹਿਲਾਂ ਚੌੜਾ ਹੁਣਾ ਬਿਲਕੁਲ ਪਰ ਅੱਜ ਦੇ ਟਾਈਮ ਵੀ ਦੂਜੇ ਸਕੂਲਾਂ ਨਾਲ ਕੀ ਫਰਕ ਹੈ ਇੱਥੇ ਪੜਾਈ ਦਾ ਜੀ ਉਹੀ ਫਰਕ ਹੈ ਕਿ ਜਿਹੜਾ ਤੁਹਾਨੂੰ ਦੱਸਿਆ ਕਿ ਪਹਿਲਾਂ ਪੜੇ ਜਿਹੜੇ ਬੱਚੇ ਸੀ ਜਿਹੜੀਆਂ ਕੁੜੀਆਂ ਪਹਿਲਾਂ ਪੜੀਆਂ ਉਹ ਇੱਕ ਚੰਗੀਆਂ ਮਾਵਾਂ ਬਣੀਆਂ ਉਹਨਾਂ ਨੇ ਚੰਗੇ ਪਰਿਵਾਰ ਸੰਭਾਲੇ ਉਹਨਾਂ ਦੇ ਅੱਗੇ ਬੱਚੇ ਚੰਗੇ ਪੜੇ ਚੰਗੇ ਸਥਾਪਿਤ ਹੋਏ ਹਰ ਖੇਤਰ ਦੇ ਵਿੱਚ ਇਸੇ ਤਰ੍ਹਾਂ ਅੱਜ ਵੀ ਜਿਹੜੀਆਂ ਕੁੜੀਆਂ ਇੱਥੋਂ ਪੜ ਰਹੀਆਂ ਨੇ ਤੇ ਉਹ ਕਾਫੀ ਅੱਛਾ ਉਹਨਾਂ ਨੂੰ ਮਿਲ ਰਿਹਾ ਸੋਸਾਇਟੀ ਦੇ ਵਿੱਚ ਕਿਉਂਕਿ ਉਹਨਾਂ ਨੂੰ ਧਾਰਮਿਕ ਸਿੱਖਿਆ ਮਿਲਦੀ ਹੈ ਉਹਨਾਂ ਨੂੰ 뮤זיਕ ਦੀ ਸਿੱਖਿਆ ਮਿਲਦੀ ਹੈ ਤੇ ਇੱਕ ਇੱਕ ਔਰਾ ਜਿਹੜਾ ਭਾਈ ਤਖਤ ਸਿੰਘ ਜੀ ਨੇ ਇੱਥੇ ਪੜ੍ਹਾਈ ਕਰਵਾਈ ਉਹ ਇੱਕ ਕਲਚਰ ਜਿਹੜਾ ਬਣਿਆ ਹੋਇਆ ਇੱਕ ਤਰੀਕਾਕਾਰ ਜਿਹੜਾ ਬਣਿਆ ਹੋਇਆ ਇੱਥੇ ਲਾਇਬ੍ਰੇਰੀ ਹੈ ਲਾਇਬ੍ਰੇਰੀ ਤੋਂ ਬੁੱਕਸ ਇਸ਼ੂ ਹੁੰਦੀਆਂ ਨੇ ਲੋਕ ਬੱਚੇ ਜਿਹੜੇ ਨੇ ਆਪਣੇ ਰੂਟੀਨ ਦੀਆਂ ਬੁੱਕਸ ਦੇ ਇਲਾਵਾ ਧਾਰਮਿਕ ਬੁੱਕਸ ਵੀ ਪੜ੍ਹਦੇ ਨੇ ਉਸ ਚੀਜ਼ ਦਾ ਉਹਨਾਂ ਦੇ ਜੀਵਨ ਤੇ ਬੜਾ ਅਸਰ ਪੈਂਦਾ ਕਿਉਂਕਿ ਜੋ ਅਸੀਂ ਪੜ੍ਹਦੇ ਹਾਂ ਨਾ ਸਾਡੇ ਜੀਵਨ ਤੇ ਉਹਨਾਂ ਚੀਜ਼ਾਂ ਦਾ ਬਹੁਤ ਅਸਰ ਪੈਂਦਾ ਉਹੀ ਆਪਾਂ ਇੰਪਲੀਮੈਂਟ ਕਰਦੇ ਹਾਂ ਉਹ ਜਿਹੜਾ ਆਪਣੇ ਆਪ ਸੁਭਾਵਕ ਹੀ ਸਾਡੇ ਸਾਡੇ ਕਰਮ ਕਰਮਾਂ ਦੇ ਵਿੱਚੋਂ ਚੀਜ਼ਾਂ ਕਿ ਅਸੀਂ ਜੋ ਪੜਿਆ ਜੋ ਅਸੀਂ ਪ੍ਰਭਾਵ ਹੋਇਆ ਜਿਸ ਚੀਜ਼ ਤੋਂ ਪ੍ਰਭਾਵਿਤ ਹੋਏ ਆ ਉਹ ਸਾਡੇ ਜੀਵਨ ਤੇ ਅਸਰ ਕਰਦੀਆਂ ਨੇ ਅੱਜ ਵੀ ਬੱਚੇ ਜਿਹੜੇ ਨੇ ਉਸ ਚੀਜ਼ ਦੇ ਫਾਇਦਾ ਲੈ ਰਹੇ ਨੇ ਸਕੂਲ ਤੋਂ ਜੀ ਸਰ ਇੱਕ ਜਿਵੇਂ ਮੈਂ ਦੇਖ ਰਿਹਾ ਜੀ ਉਹ ਜੋ ਵੀ ਹੁਣ ਅੱਜ ਦੇ ਟਾਈਮ ਮੰਨ ਲੇ ਇੱਕ ਟਰਸਟ ਬਣਿਆ ਹੋਇਆ ਆਪਣੇ ਸਕੂਲ ਹਾਂਜੀ ਉਹੀ ਸਾਰਾ ਦੇਖ ਰਿਹਾ ਕਰ ਰਹੀ ਹੈ ਇੱਕ ਕਮੇਟੀ ਹੈ ਕਮੇਟੀਆਂ ਨੇ ਦੇਖ ਰਿਹਾ ਕਰ ਰਹੀ ਹੈ ਜੀ ਤੇ ਟੀਚਰ ਜਿਹੜੇ ਨੇ ਇਹਦੇ ਵਿੱਚ ਗਵਰਨਮੈਂਟ ਐਡਿਟ ਸਕੂਲ ਓਨ ਕਰਕੇ ਕੁਝ ਪੁਰਾਣੇ ਟੀਚਰ ਨੇ ਜਿਹੜੇ ਜਿਹਨਾਂ ਨੂੰ ਗਵਰਨਮੈਂਟ ਐਡ ਕਰਦੀ ਹੈ ਜੀ ਇਹਨਾਂ ਦੇ ਪੇ ਦਾ 95% ਸ਼ੇਅਰ ਜਿਹੜਾ ਗਵਰਨਮੈਂਟ ਦਿੰਦੀ ਹੈ ਜੀ ਬਾਕੀ ਜਿਹੜੇ ਟੀਚਰ ਨੇ ਉਹ ਪੀਟੀਏ ਫੰਡ ਚ ਰੱਖੇ ਜਾਂਦੇ ਨੇ ਠੀਕ ਹੈ ਜੀ ਗਵਰਨਮੈਂਟ ਕਿਉਂਕਿ ਹੁਣ ਕਰੰਟ ਪਾਲਿਸੀ ਜਿਹੜੀ ਗਵਰਨਮੈਂਟ ਦੀ ਕੋਸ਼ਿਸ਼ਾਂ ਦੀ ਅੱਡੀ ਵਧੀਆ ਹਨ ਨਹੀਂ ਕਿ ਗਵਰਨਮੈਂਟ ਐਡਿਟ ਸਕੂਲਾਂ ਦੇ ਪ੍ਰਤੀ ਜੀ ਤੋਂ ਉਸ ਕਰਕੇ ਉਹ ਟੀਚਰ ਜਿਹੜੇ ਪ੍ਰਾਈਵੇਟ ਹੀ ਰੱਖੇ ਜਾਂਦੇ ਨੇ ਠੀਕ ਹੈ ਜੀ ਸਰ ਇੱਕ ਰੂਮ ਵੀ ਦਿਖਾ ਦਿਏ ਜੀ ਹਾਂਜੀ ਮਤਲਬ ਉਹ ਟਾਈਮਾਂ ਤੇ ਕੱਲਾ ਸਕੂਲ ਨਹੀਂ ਨਾਲੇ ਹੋਸਟਲ ਵੀ ਇੱਕੋ ਰੂਮ ਦੇ ਵਿੱਚ ਹੀ ਪੜ੍ਹਾਈ ਇੱਕੋ ਰੂਮ ਦੇ ਵਿੱਚ ਬੱਚੇ ਰਹਿੰਦੇ ਸੀ ਹੋਸਟਲ ਜਿਹੜਾ ਸੀ ਆਸ-ਪਾਸੇ ਹੋਸਟਲ ਚੱਲਦਾ ਸੀ ਪਰਲੇ ਪਾਸੇ ਪੜਾਈ ਹੁੰਦੀ ਸੀ ਆਪਾਂ ਕਮਰਾ ਦਿਖਾਣਾ ਹੈ ਜਿਹੜਾ ਹੋਸਟਲ ਵਾਲਾ ਜੀ ਲੋ ਵੀ ਦੋਸਤੋ ਹੋਸਟਲ ਪੁਰਾਣੇ ਜਮਾਨੇ ਦਾ ਜੇ ਕਹਿ ਦੀ ਹੈ ਨਾ ਕਿਵੇਂ ਹੋਸਟਲ ਇਸ ਦੇ ਵਿੱਚ 8 ਅਲਮਾਰੀਆਂ ਨੇ ਜਿਸ ਤਰ੍ਹਾਂ ਇਹ ਵਾਲੀਆਂ ਬਾਰੀਆਂ ਬਣੀਆਂ ਹੋਈਆਂ ਨੇ 8 ਜੀ 2-2 ਹਰ ਦਿਵਾਰ ਤੇ ਇਸ ਦਿਵਾਰ ਤੇ 2 ਉਸ ਪਾਸੇ ਦੀਵਾਰ ਤੇ 2 ਵਿਚਕਾਰ ਦਰਵਾਜ਼ਾ 2 ਸਾਹਮਣੇ ਦੀਵਾਰ ਤੇ ਤੇ 2 ਇਸ ਦਿਵਾਰ ਤੇ ਚਾਰਾਂ ਦਿਵਾਰਾਂ ਤੇ 2-2 ਬਾਰੀਆਂ ਨੇ ਇੱਕ-ਇੱਕ ਬਾਰੀ ਇੱਕ ਕੁੜੀ ਕੋਲ ਹੁੰਦੀ ਸੀ ਤੇ 8 ਕੁੜੀਆਂ ਇੱਕ ਕਮਰੇ 'ਚ ਰਹਿੰਦੀਆਂ ਸੀ। ਇਸੇ ਉਹਨਾਂ ਦੇ ਬੈੱਡ ਤੇ ਇੱਥੇ ਮੰਜੇ ਲੱਗੇ ਹੁੰਦੇ। ਹਾਂਜੀ ਇੱਥੇ ਮੰਜੇ ਲੱਗੇ ਹੁੰਦੇ ਸੀ ਉਹਨਾਂ ਦੇ। ਠੀਕ ਹੈ ਜੀ। ਤੇ ਇੱਥੇ ਉੱਪਰ ਟੈਬਲੇਟ ਵੀ ਲੱਗੇ ਹੋਏ ਜਿਨ੍ਹਾਂ ਨੇ ਸੇਵਾ ਕਰਾਈ ਨਾਲ ਹੈਲਪ ਕੀਤੀ। ਇੱਥੇ ਉਹਨਾਂ ਦੇ ਟੈਬਲੇਟ ਲੱਗੇ ਹੋਏ ਜਾਣੇ ਅਜੇ। ਠੀਕ ਹੈ ਜੀ। ਤਾਂ ਇਹ ਯਾਦਗਾਰ ਹੈ ਉਹਨਾਂ ਦੀ ਕਿ ਜਿਨ੍ਹਾਂ ਨੇ ਇੱਥੇ ਆਪਣੇ ਪਰਿਵਾਰਾਂ ਨੇ ਹੈਲਪ ਕੀਤੀ। ਜੀ ਤੇ ਇੱਕ ਇਹ ਵੀ ਦੇਖ ਸਕਦੇ ਆ ਜੀ ਉਹ ਟਾਈਮਾਂ ਤੇ ਮਨ ਲਾਦਾ ਬਿਜਲੀ ਦਾ ਤਾਂ ਕੋਈ ਸਾਧਨ ਹੀ ਨਹੀਂ ਸੀਗਾ। ਤੇ ਕਿੱਡੇ ਵੱਡੇ ਜੇ ਕਹਦੀਏ ਆਲੇ ਰੱਖਿਓ ਜਿਹੜੇ ਹਵਾ ਲੱਗਦੀ। ਰੋਸ਼ਨਦਾਨ ਜਿਹੜੇ ਨੇ ਬੜੇ ਵੱ ਇਹ ਬਾਰੀਆਂ ਖੁੱਲੀਆਂ ਨੇ ਛੱਤ ਉੱਚੀ ਹੈ ਠੀਕ ਹੈ ਜਿੰਨੇ ਕਰਕੇ ਗਰਮੀ ਦੇ ਮੌਸਮ ਵਿੱਚ ਵੀ ਗਰਮੀ ਘੱਟ ਲੱਗਦੀ ਹੈ ਇੱਥੇ ਠੀਕ ਹੈ ਜੀ ਉਧਰੋਂ ਹਰ ਇੱਕ ਰੂਮ ਦੇ ਵਿੱਚ ਇੰਟਰ ਲਾਈਟ ਰੂਮ ਦੇ ਵਿੱਚ ਰੋਸ਼ਨਦਾਨ ਕ੍ਰਾਸ ਦਰਵਾਜ਼ੇ ਕ੍ਰਾਸ ਨੇ ਸਾਰਿਆਂ ਦੇ ਵਿੱਚ ਪਰ ਹੁਣੇ ਕਮਰੇ ਰਿਪੇਅਰ ਮੰਗਦੇ ਨੇ ਬੜੀ ਸਖਤ ਰਿਪੇਅਰ ਮੰਗਦੇ ਨੇ ਜੇ ਅਸੀਂ ਇਹਨਾਂ ਨੂੰ ਚੂਨੇ ਦਾ ਪ੍ਰੈਸਰ ਕਰੀਏ ਤਾਂ ਜੋ ਅਸੀਂ ਇਸ ਵਿਰਾਸਤ ਨੂੰ ਉਵੇਂ ਸੰਭਾਲ ਕੇ ਰੱਖ ਸਕੀਏ ਜਿਵੇਂ ਉਹਨਾਂ ਨੇ ਬਣਾਈ ਸੀ ਜੀ ਸਰ ਇਸ ਤੋਂ ਇਲਾਵਾ ਜੇ ਗੱਲ ਕਰੀਏ ਬਿਲਡਿੰਗ ਦੇ ਵਿੱਚ ਕਿੰਨੇ ਰੂਮ ਆ ਗਏ ਤੇ ਇੱਕ ਲਾਇਬ੍ਰੇਰੀ ਜਿੱਥੇ ਮੈਂ ਬੈਠਾ ਮਨ ਬਹੁਤ ਸਾਰਾ ਪੁਰਾਣਾ ਇਤਿਹਾਸ ਦੇਖ ਰਿਆ ਸੀ ਪੁਰਾਣੀ ਮੈਂ ਉਹ ਕਿਤਾਬਾਂ ਪੜ ਰਹੀ ਜਿੱਥੋਂ ਮਨ ਜੇ ਗੱਲ ਕਰੀਏ ਨਾ ਵੀ ਇੱਕ ਕਿਤਾਬ 'ਚ ਮੈਂ ਦੇਖ ਰਿਆ ਵੀ ਉਦੋਂ ਪੰਜਾਬ ਦੀ ਜਿਹੜੀ ਆਬਾਦੀ ਸੀ ਪੰਜਾਬੀ ਬੋਲਣਾਂ ਦੀ 20 ਲੱਖ ਸੀ ਬਿਲਕੁਲ ਬਿਲਕੁਲ ਤਾਂ ਉਹ ਵੀ ਇੰਨਾ ਪੁਰਾਣਾ ਇਤਿਹਾਸ ਵੀ ਪਿਆਗਾ ਤੇ ਲਾਇਬ੍ਰੇਰੀ ਹਾਂਜੀ 1800 ਦੇ ਲਾਸਟ ਅਖੀਰ ਦੇ ਸਮੇਂ ਦੀਆਂ ਕਿਤਾਬਾਂ 1900 ਦੇ ਸਟਾਰਟਿੰਗ ਦੀਆਂ ਕਿਤਾਬਾਂ ਕਾਫੀ ਸਾਰੀਆਂ ਪਈਆਂ ਹੋਈਆਂ ਨੇ ਜੀ ਇਹ ਲਾਇਬ੍ਰੇਰੀ 1901 ਵਿੱਚ ਬਣੀ ਸੀ ਭਾਈ ਤਖਤ ਸਿੰਘ ਜੀ ਨੇ ਗਿਆਨੀ ਦਿੱਤ ਸਿੰਘ ਜੀ ਦੀ ਯਾਦ ਵਿੱਚ ਇਹ ਲਾਇਬ੍ਰੇਰੀ ਬਣਾਈ ਸੀ ਜੀ ਭਾਈ ਤਖਤ ਸਿੰਘ ਜੀ ਇੰਨਾ ਜ਼ਿਆਦਾ ਰਿਸਪੈਕਟ ਕਰਦੇ ਸੀ ਗਿਆਨੀ ਦਿੱਤ ਸਿੰਘ ਜੀ ਦੀ ਜੀ ਕਿ ਉਹਨਾਂ ਦੀ ਕੋਟੇਸ਼ਨ ਹੈ ਉਹ ਕਹਿੰਦੇ ਵੀ ਜੇਕਰ ਮੇਰੇ ਕੋਲ 16 ਅੰਨੇ ਰਿਸਪੈਕਟ ਹੈ ਨਾ ਉਹਦੇ ਚੋਂ 15.5 ਅੰਨੇ ਕੱਲੀ ਭਾਈ ਦਿੱਤ ਸਿੰਘ ਜੀ ਵਾਸਤੇ ਹੈ ਕੀ ਬਾਤ ਇੰਨੀ ਜ਼ਿਆਦਾ ਰਿਸਪੈਕਟ ਕਰਦੇ ਸੀ ਉਹਨਾਂ ਦੇ ਟੀਚਰ ਵੀ ਸੀ ਪ੍ਰੋਫੈਸਰ ਸੀ ਉਹ ਉਹਨਾਂ ਦੇ ਟੀਚਰ ਸੀ ਬੜੀ ਜ਼ਿਆਦਾ ਰਿਸਪੈਕਟ ਕਰਦੇ ਸੀ ਜਦੋਂ ਉਹਨਾਂ ਦੀ ਡੈਥ ਹੋਈ ਤਾਂ ਉਹਨਾਂ ਦੀ ਯਾਦ ਵਿੱਚ ਉਹਨਾਂ ਨੇ ਇੱਥੇ ਇੱਕ ਲਾਇਬ੍ਰੇਰੀ ਸ਼ੁਰੂ ਕੀਤੀ ਠੀਕ ਹੈ ਜੀ। ਤਾਂ ਇਸ ਲਾਇਬ੍ਰੇਰੀ ਦੇ ਵਿੱਚ ਕਿਸੇ ਵੇਲੇ 5000 ਦੁਰਲਭ ਪੁਸਤਕਾਂ ਹੁੰਦੀਆਂ ਸੀ। ਜੀ। ਤਾਂ ਪੁਸਤਕਾਂ ਦੇ ਪ੍ਰਤੀ ਇੰਨੀ ਜ਼ਿਆਦਾ ਲਗਨ ਸੀ ਉਹਨਾਂ ਨੂੰ ਇੱਕ ਨੌਜ ਸੱਜਣ ਇੱਕ ਨੇ ਕਿਹਾ ਤਾਂ ਮੇਰੇ ਕੋਲ ਇੱਕ ਕਿਤਾਬ ਪਈ ਦੁਰਲਭ ਕਿਤਾਬ ਹੈ। ਜੀ। ਤੁਸੀਂ ਲੈ ਜਾਣਾ ਆ ਕੇ। ਭਾਈ ਸਾਹਿਬ 11 ਵਾਰੀ ਗਏ ਉਹ ਸੱਜਣ ਘਰ ਨਹੀਂ ਮਿਲਿਆ। ਜੀ। 12ਵੀਂ ਵਾਰੀ ਗਏ ਤਾਂ ਉਹ ਸੱਜਣ ਨੇ ਕਿਹਾ ਵੀ ਭੈਗਾ ਤਾਂ ਮੈਂ ਇੱਥੇ ਹੀ ਹਾਂ ਪਰ ਮੈਂ ਤੁਹਾਨੂੰ ਮਿਲਦਾ ਨਹੀਂ ਸੀ ਲਾਂਬੇ ਹੋ ਜਾਂਦਾ ਸੀ। ਕਿਉਂਕਿ ਮੈਨੂੰ ਲੱਗਦਾ ਸੀ ਪਤਾ ਨਹੀਂ ਤੁਹਾਨੂੰ ਕਦਰ ਹੈਗੀ ਕਿ ਨਹੀਂ ਹੈਗੀ। ਪਰ ਹੁਣ ਮੈਂ ਮਹਿਸੂਸ ਕਰਦਾ ਵੀ ਮੇਰੀ ਕਿਤਾਬ ਸਹੀ ਹੱਥਾਂ ਚ ਮਹਿਫੂਜ਼ ਰਹੇਗੀ ਇਹ ਕਿਤੇ ਨਹੀਂ ਜਾਂਦੀ। ਜੀ। ਤੋਂ ਇੰਨੀ ਲਗਨ ਸੀ ਉਹਨਾਂ ਦੀ ਕਿਤਾਬਾਂ ਇਕੱਠੀਆਂ ਕਰਨ ਦੀ। ਕਿਤਾਬਾਂ ਦੇ ਬਾਰੇ ਤੁਹਾਨੂੰ ਦੱਸਾਂ ਕਿ ਉਹਨਾਂ ਨੇ ਲਾਹੌਰ ਤੋਂ ਜਾ ਕੇ ਬਾਈਂਡਿੰਗ ਕਰਵਾਉਂਦੇ ਸੀ। ਠੀਕ। ਨਿਊਜ਼ਪੇਪਰ, ਮੰਥਲੀ ਪੀਰੀਓਡੀਕਲ ਜਿੰਨੇ ਕੋਈ ਵੀਕਲੀ ਉਹਨਾਂ ਸਾਰੇ ਦੀਆਂ ਕਾਪੀਆਂ ਰੱਖਦੇ ਸੀ ਔਰ ਉਹਨਾਂ ਨੂੰ ਬਕਾਇਦਾ ਬਾਈਂਡਿੰਗ ਕਰਵਾਉਂਦੇ ਸੀ। ਬਾਈਂਡ ਕਰਵਾ ਕੇ ਆਪਣੀ ਲਾਇਬ੍ਰੇਰੀ ਵਿੱਚ ਰੱਖਦੇ ਸੀ। ਉਸ ਵੇਲੇ ਵਿੱਚ ਨਾਰਥ ਇੰਡੀਆ ਦੀ ਇੱਕ ਵੱਡੀ ਲਾਇਬ੍ਰੇਰੀ ਸੀ। ਮੈਂ ਇੱਕ ਚਿੱਠੀ ਪੁਰਾਣੀ ਪੜ੍ਹੀ ਇੱਥੇ ਸਾਊਥ ਇੰਡੀਅਨ ਕਿਸੇ ਲਾਇਬ੍ਰ ਉਹ ਕਹਿੰਦੇ ਜੀ ਉਦੋਂ ਨਾ ਫੋਟੋਸਟੈੱਡ ਨਹੀਂ ਸੀ ਹੁੰਦੀ ਠੀਕ ਹੈ ਜੀ ਉਦੋਂ ਨਕਲ ਉਤਾਰਾ ਕਰਦੇ ਸੀ ਹੱਥ ਨਾਲ ਉਹਨਾਂ ਦੇ ਚਿੱਠੀ ਆਏ ਸੀ ਕਹਿੰਦੇ ਜੀ ਸਾਨੂੰ ਪਤਾ ਲੱਗਾ ਤੁਹਾਡੇ ਕੋਲ ਕੋਈ ਦੁਰਲਭ ਪੁਸਤਕਾਂ ਨੇ ਤੇ ਅਸੀਂ ਉਹਨਾਂ ਦੇ ਉਤਾਰਾ ਕਰਨਾ ਚਾਹੁੰਦੇ ਆ ਸਾਨੂੰ ਸਮਾਂ ਦਿਓ ਤਾਂ ਜੋ ਅਸੀਂ ਆਪਣੇ ਬੰਦੇ ਭੇਜੀਏ ਤੇ ਉਹ ਪੁਸਤਕਾਂ ਦੇ ਉਤਾਰਾ ਕਰ ਸਕਣ ਇੰਨੀ ਇੰਪੋਰਟੈਂਟ ਲਾਇਬ੍ਰੇਰੀ ਸੀ ਇੱਥੋਂ ਦੀ ਔਰ ਇਸ ਲਾਇਬ੍ਰੇਰੀ ਨੂੰ ਕਈ ਵੱਡੀਆਂ ਹਸਤੀਆਂ ਨੇ ਵਰਤਿਆ ਭਾਈ ਕਾਹਨ ਸਿੰਘ ਨਾਭਾ ਨੇ ਕਰਮ ਸਿੰਘ ਹਿਸਟੋਰੀਅਨ ਨੇ ਭਾਈ ਵੀਰ ਸਿੰਘ ਜੀ ਨੇ ਇਹਨਾਂ ਸਾਰਿਆਂ ਨੇ ਨਾ ਚੀਜ਼ਾਂ ਨੂੰ ਇੱਥੋਂ ਪੜਿਆ ਵਰਤਿਆ ਅਮਲ ਚ ਲਿਆਂਦਾ ਭਾਈ ਕਰਮ ਸਿੰਘ ਹਿਸਟੋਰੀਅਨ ਦਾ ਤਾਂ ਇੰਨਾ ਜ਼ਿਆਦਾ ਅਟੈਚਮੈਂਟ ਸੀ ਕਿ ਇੱਕ ਵਾਰੀ ਇਹਨਾਂ ਨੂੰ ਪੈਸੇ ਦੀ ਤੰਗੀ ਆ ਗਈ ਤਾਂ ਭਾਈ ਕਰਮ ਸਿੰਘ ਹਿਸਟੋਰੀਅਨ ਨੇ ਕਿਤਾਬ ਲਿਖੀ ਸੀ ਕਹਿੰਦੇ ਜੀ ਤੁਸੀਂ ਇਹ ਕਿਤਾਬ ਮਹਾਰਾਜਾ ਸਾਹਿਬ ਨੂੰ ਪੇਸ਼ ਕਰੋ ਵੀ ਮੈਂ ਲਿਖੀ ਹੈ ਠੀਕ ਹੈ ਜੀ ਵੀ ਤੁਸੀਂ ਆਪ ਲਿਖੀ ਹੈ ਉਹ ਤੁਹਾਨੂੰ ਇਹਦੇ ਬਦਲੇ ਵਿੱਚ ਕਾਫੀ ਸਾਰੇ ਪੈਸੇ ਦੇ ਦੇਣਗੇ ਤੁਹਾਡਾ ਆਰਥਿਕ ਪੱਖ ਜਿਹੜਾ ਸੌਰਜੇਗਾ ਠੀਕ ਹੈ ਜੀ ਇੰਨਾ ਇੰਟਰ ਰਿਲੇਸ਼ਨ ਸੀ ਇਹਨਾਂ ਦਾ ਆਪਸ ਵਿੱਚ ਕਿ ਇੱਕ ਦੂਜੇ ਦੇ ਬੜੀ ਸਪੋਰਟ ਕਰਦੇ ਸੀ ਠੀਕ ਹੈ ਜੀ ਔਰ ਭਾਈ ਤਖਤ ਸਿੰਘ ਜੀ ਦੇ ਬਾਰੇ ਬਈ ਤਾਂ ਇਹ ਵੀ ਅੱਖਾਂ ਅੱਜ ਵੀ ਭਰ ਆਉਂਦੀਆਂ ਨੇ ਜਦੋਂ ਕੋਈ ਕਹਿੰਦਾ ਸੀ ਨਾ ਵੀ ਅਸੀਂ ਇੱਥੇ ਸਕੂਲ ਚਲਾਣਾ ਕੰਨਿਆਵਾ ਦਾ ਆਪਣੇ ਕੋਲ ਪੈਸੇ ਹੁੰਦੇ ਸੀ ਨਹੀਂ ਸੀ ਹੁੰਦੇ ਉਹਨੂੰ ਕਹਿੰਦੇ ਸੀ ਤੂੰ ਸ਼ੁਰੂ ਕਰ ਮੈਂ ਤੈਨੂੰ ਕਰਾਵਾਂਗਾ ਠੀਕ ਹੈ ਤਾਂ ਇਸ ਤਰ੍ਹਾਂ ਉਹਨਾਂ ਨੇ ਪੰਜਾਬ ਦੇ ਵਿੱਚ ਹੋਰ ਥਾਂ ਵੀ ਸਕੂਲ ਸ਼ੁਰੂ ਕਰਵਾਏ ਕੰਨਿਆ ਪਾਠਸ਼ਾਲਾਵਾਂ ਜਿਹੜੀਆਂ ਸੀ ਹੋਰ ਥਾਵਾਂ ਤੇ ਵੀ ਸ਼ੁਰੂ ਕਰਾਈਆਂ ਤੇ ਸਰ ਜੀ ਲਾਇਬ੍ਰੇਰੀ ਦੀ ਗੱਲ ਕਰੀਏ ਲਾਇਬ੍ਰੇਰੀ ਦੇ ਵਿੱਚ ਮਲਕ ਟਾਈਮ ਜਿਵੇਂ ਤੁਸੀਂ ਮੈਨ ਵੀ ਬਹੁਤ ਜ਼ਿਆਦਾ ਜੇ ਕਹიდੀਏ ਮਤਲਬ ਬਹੁਤ ਪੁਰਾਣੀਆਂ ਤੇ ਬਹੁਤ ਜ਼ਿਆਦਾ ਕਿਤਾਬਾਂ ਹੁੰਦੀਆਂ 5000 ਦੇ ਕਰੀਬ ਦੁਰਲਭ ਪੁਸਤਕਾਂ ਸੀ ਠੀਕ ਦੇ ਵਿੱਚ ਪਰ ਉਸ ਤੋਂ ਬਾਅਦ ਇਹ ਸੰਭਾਲੀਆਂ ਨਾ ਜਾਣ ਕਰਕੇ ਇਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਦੇ ਦਿੱਤੀਆਂ ਭਾਈ ਕਾਨ ਸਿੰਘ ਨਾ ਪਰ ਲਾਇਬ੍ਰੇਰੀ ਤੇ ਉਹ ਜਿਹੜਾ ਨਾ ਪਰ ਹੁਣ ਪਤਾ ਲੱਗਾ ਵੀ ਉੱਥੇ ਕੋਈ ਐਡੀ ਵਧੀਆ ਸੰਭਾਲ ਨਹੀਂ ਹੁੰਦੀ ਠੀਕ ਹੈ ਹੁਣ ਅਸੀਂ ਇੱਥੇ ਸੰਭਾਲ ਸੰਭਾਲ ਸ਼ੁਰੂ ਕਰ ਲਈ ਹੈ ਜੀ ਅਸੀਂ ਕੋਸ਼ਿਸ਼ ਕਰਾਂਗੇ ਬੇਨਤੀ ਕਰਾਂਗੇ ਉਹਨਾਂ ਨੂੰ ਵੀ ਜੇਕਰ ਉਹ ਸਾਨੂੰ ਕਿਤਾਬਾਂ ਵਾਪਸ ਦੇ ਦੇਣ ਤੇ ਅਸੀਂ ਇੱਥੇ ਹੀ ਸੰਭਾਲ ਲਵਾਂਗੇ ਜੀ ਸਰ ਇੱਕ ਬਹੁਤ ਵੱਡਾ ਸਵਾਲ ਹੈ ਆ ਜੋ ਮੈਂ ਦੇਖ ਰਿਹਾ ਜੀ ਜਿੰਦਾ ਸ਼ਹੀਦ ਸ਼ਹੀਦ ਸ਼ਬਦ ਆਪਾਂ ਮਤਲਬ ਆਪਾਂ ਦੇਖਦੇ ਆ ਆਮ ਲੋਕ ਅੱਜ ਦੇ ਜੇ ਦੇਖੀ ਅੱਜ ਦੀ ਜਨਰੇਸ਼ਨ ਸ਼ਹੀਦ ਨੂੰ ਜਾਣਦੀ ਹੈ ਤੇ ਮੈਂ ਵੀ ਤੁਹਾਨੂੰ ਪੁੱਛ ਕੇ ਪਤਾ ਲੱਗਿਆ ਵੀ ਜਿੰਦਾ ਸ਼ਹੀਦ ਕੀ ਹੁੰਦਾ ਹੈ ਠੀਕ ਹੈ ਇਹਦੇ ਵਿੱਚ ਜ਼ਰੂਰ ਪਰਿਭਾਸ਼ਾ ਹਾਂ ਜੀ ਜਿੰਦਾ ਸ਼ਹੀਦ ਦੇਖੋ ਭਾਈ ਤਖਤ ਸਿੰਘ ਜੀ ਨੇ ਜਦੋਂ ਫਰਵਰੀ 1911 ਦੇ ਵਿੱਚ ਜੀ ਸਕੂਲ ਛੱਡ ਦਿੱਤਾ ਜੀ ਆਪਣੀ ਵਾਈਫ ਦੇ ਨਾਲ ਧਰਮ ਪਤਨੀ ਦੇ ਨਾਲ ਯਾਤਰਾ ਤੇ ਚਲੇ ਗਏ ਉਹਨਾਂ ਨੇ ਇੱਕ ਪ੍ਰਣ ਕੀਤਾ ਚਿੱਠੀ ਲਹੀ 17 ਫਰਵਰੀ ਨੂੰ 16 ਨੂੰ ਇੱਥੇ ਗਏ 17 ਨੂੰ ਚਿੱਠੀ ਲਹੀ ਜੀ ਕਿ ਮੈਂ ਆਪਣੇ ਬੱਚਿਆਂ ਨੂੰ ਵੀ ਛੱਡ ਕੇ ਜਾ ਰਿਹਾ ਹਾਂ ਬੱਚਿਆਂ ਨੂੰ ਲਿਖਿਆ ਕਿ ਤੁਸੀਂ ਜਿਸ ਤਰ੍ਹਾਂ ਹੋਰ ਅनाथ ਬੱਚੇ ਪੜ੍ਹਦੇ ਨੇ ਉਸ ਤਰ੍ਹਾਂ ਪੜ੍ਹਦੇ ਰਹਿਣਾ ਤੁਹਾਡੇ ਮਾਤਾ ਪਿਤਾ ਤੁਹਾਡੇ ਟੀਚਰ ਹੀ ਹੋਣਗੇ ਠੀਕ ਹੈ ਜੀ ਮੈਂ ਸਿਰਫ ਤਾਂ ਹੀ ਆਵਾਂਗਾ ਜੇ 50000 ਰੁਪਏ ਇਕੱਠਾ ਹੋ ਗਿਆ ਸਕੂਲ ਵਾਸਤੇ ਆਸ਼ਰਮ ਕਹਿੰਦੇ ਸੀ ਉਹਨੂੰ ਆਸ਼ਰਮ ਵਾਸਤੇ ਜੀ ਜੇ 50000 ਨਹੀਂ ਇਕੱਠਾ ਹੋਏਗਾ ਤੇ ਮੈਂ ਵਾਪਸ ਨਹੀਂ ਆਵਾਂਗਾ ਜੀ ਮੈਂ ਪੈਸੇ ਇਕੱਠੇ ਕਰਦਾ ਰਾਵਾਂਗਾ ਭੇਜਦਾ ਰਾਵਾਂਗਾ ਪਰ ਆਪ ਨਹੀਂ ਆਵਾਂਗਾ ਠੀਕ ਹੈ ਜੀ ਤੇ ਲੋਕਾਂ ਨੇ ਸੋਚਿਆ ਵੀ ਜਦੋਂ 10 ਰੁਪਏ ਮਹੀਨੇ ਦੀ ਤਨਖਾਹ ਹੈ ਜੀ 50000 ਕੌਣ ਇਕੱਠਾ ਕਰ ਸਕਦਾ ਠੀਕ ਹੈ ਜੀ ਕਿਵੇਂ ਹੋ ਸਕਦਾ ਨਹੀਂ ਹੋ ਸਕਦਾ ਮਤਲਬ ਚਾਂਸ ਹੀ ਨਹੀਂ ਵੀ ਹਾਂ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਵੀ ਇਹ ਤਾਂ ਜਿਉਂਦੇ ਜੀ ਸ਼ਹੀਦ ਹੋ ਗਏ ਇਹ ਤਾਂ ਨਹੀਂ ਹੁਣ ਮੁੜਦੇ ਠੀਕ ਹੈ ਜੀ ਤਾਂ ਕਰ ਕੋ ਜਿੰਦਾ ਸ਼ਹੀਦ ਹੁਣ ਜਿੰਦਾ ਸ਼ਹੀਦ ਕਹਿੰਦੇ ਸੀ ਉਹਨਾਂ ਨੂੰ ਭਾਈ ਤਖਤ ਸਿੰਘ ਜੀ ਨੂੰ ਜਿੰਦਾ ਸ਼ਹੀਦ ਕਹਿੰਦੇ ਸੀ ਪਰ ਭਾਈ ਤਖਤ ਸਿੰਘ ਜੀ ਨੇ ਸਾਲ ਦੇ ਵਿੱਚ ਵਿੱਚ ਇਹ ਪੈਸੇ ਇਕੱਠੇ ਕੀਤੇ ਔਰ ਆਏ ਔਰ ਉਹਨਾਂ ਦੀ ਇਮਾਨਦਾਰੀ ਔਰ ਇਹਨਾਂ ਦੀ ਸਾਦਗੀ ਜੀ ਇਸ ਤੋਂ ਉਹਨੇ ਖੋਰਿਆ ਪਿਆ ਦੱਸਦਾ ਕਿ ਜਦੋਂ ਪੈਸੇ ਇਕੱਠੇ ਹੋ ਗਏ ਵਾਪਸ ਆਣਾ ਸੀ ਇਹਨਾਂ ਨੇ ਚਿੱਠੀਆਂ ਭੇਜੀਆਂ ਜੀ ਤਾਂ ਉਹ ਕਹਿੰਦੇ ਜੀ ਤੁਸੀਂ ਕੋਈ ਮੇਰੀ ਸਵਾਗਤੀ ਪ੍ਰੋਗਰਾਮ ਨਹੀਂ ਕਰਨਾ ਠੀਕ ਹੈ ਜੀ ਮੇਰੇ ਆਣ ਦਾ ਸਵਾਗਤ ਨਹੀਂ ਕਰਨਾ ਫਿਰ ਇਹਨਾਂ ਦੇ ਮਾਸਟਰ ਜੀ ਨੇ ਫਿਰ ਇੱਕ ਚਿੱਠੀ ਭੇਜੀ ਕਿ ਫਲਾਣੇ ਰਾਜਾ ਜੀ ਕਹਿੰਦੇ ਨੇ ਵੀ ਤੁਹਾਡਾ ਜਿਹੜਾ ਸਵਾਗਤ ਦਾ ਪ੍ਰੋਗਰਾਮ ਕਰਨਾ ਕਹਿੰਦੇ ਨਾ ਮੈਂ ਤੁਹਾਨੂੰ ਕਿਸੇ ਦਿਨ ਬਾਅਦ ਟਾਲੀ ਥੱਲੇ ਬੈਠਾ ਮਿਲਾਂਗਾ ਠੀਕ ਹੈ ਜੀ ਮੈਂ ਕੋਈ ਮੇਰਾ ਕੋਈ ਟਾਈਮ ਨਹੀਂ ਹੈਗਾ ਤੇ ਨਾ ਹੀ ਮੇਰੇ ਤੇ ਪ੍ਰੋਗਰਾਮ ਤੇ ਕੋਈ ਖਰਚ ਕਰਨਾ ਸਾਦੇ ਸੀ ਬੜਾ ਖਰਚ ਵੀ ਨਹੀਂ ਸੀ ਕਰਦੇ ਕਹਿੰਦੇ ਸੀ ਵੀ ਇਹ ਪੈਸੇ ਵੀ ਸੰਭਾਲ ਕੇ ਰੱਖਣਾ ਇੱਕ ਵੀ ਰੁਪਈਆ ਦਾ ਜੋ ਉਹਨਾਂ ਨੇ ਬਕਾਇਦਾ ਕਿਤਾਬ ਛਾਪੀ ਕਿ ਸਾਰਿਆਂ ਦਾ ਕਿਸੇ ਦਾ ਰੁਪਈਆ ਕਿਸੇ ਦਾ ਸਵਰ ਰੁਪਈਆ ਕਿਸੇ ਦੇ 5 ਰੁਪਈਏ ਸਾਰਿਆਂ ਦੀ ਡਿਟੇਲ ਬਣਾ ਕੇ ਉਸ ਕਿਤਾਬ ਛਾਪੀ ਟਰਾਂਸਪੈਰੈਂਸੀ ਵਾਸਤੇ ਵੀ ਕੋਈ ਇਹ ਸ਼ੱਕ ਨਾ ਕਰੇ ਵੀ ਕੋਈ ਪੈਸਾ ਅੱਗੇ ਪਿੱਛੇ ਹੋਇਆ ਠੀਕ ਹੈ ਫਿਰ ਉਹਨੇ ਆਪ ਪੱਠੇ ਲਾ ਕੇ ਯਾਨੀ ਇਟਾਂ ਤਿਆਰ ਕੀਤੇ ਕਰਵਾਈਆਂ ਆਪ ਜਿਹੜਾ ਸੀ ਉਹ ਸਾਰਾ ਮਟੀਰੀਅਲ ਤਿਆਰ ਕਰਵਾ ਕੇ ਆਪਣੇ ਦੇਖ ਰੇਖ ਵਿੱਚ ਬਣਵਾਇਆ ਜੀ ਮਤਲਬ ਇਟਾਂ ਦੀ ਗੱਲ ਹੋ ਗਈ ਜੀ ਜੋ ਨਕਸ਼ਾ ਮਤਲਬ ਮੈਂ ਘਰ ਵਗਾਰ ਬਹੁਤ ਦਿਖਾਉਣਾ ਜੀ ਪ੍ਰਾਤਨ ਵੀ ਦਿਖਾਈ ਤੇ ਇਹਦਾ ਨਕਸ਼ਾ ਕਿੱਥੋਂ ਲੈ ਕੇ ਆਏ ਜੀ ਇਹਦਾ ਨਕਸ਼ਾ ਫਰਾਂਸ ਤੋਂ ਠੀਕ ਹੈ ਜੀ। ਤੋਂ ਇਹ ਜਿਹੜਾ ਤੁਸੀਂ ਦੇਖੋਗੇ ਜਿਹੜਾ ਆਰਕੀਟੈਕਚਰ ਇਹਦਾ ਜਿਹੜਾ ਉਹ ਡਿਫਰੈਂਟ ਹੈ ਆਮ ਨਾਲੋਂ। ਜੀ। ਆਹ ਤੁਹਾਨੂੰ ਇਹੋ ਜਿਹਾ ਨਹੀਂ ਮਿਲਦਾ ਇਸੇ ਕਰਕੇ ਫਿਲਮਾਂ ਵਾਲੇ ਵੀ ਆਉਂਦੇ ਨੇ ਕਾਫੀ। ਠੀਕ ਹੈ ਜੀ। ਤਾਂ ਇਹ ਨਕਸ਼ਾ ਜਿਹੜਾ ਅਸੀਂ ਫਰਾਂਸ ਤੋਂ ਲੈ ਕੇ ਆਏ ਸੀ। ਬਿਲਕੁਲ ਚੌਰਸ ਹੈ ਨਾ ਜੀ ਸੇਮ। ਬਿਲਕੁਲ ਥੋੜਾ ਜਿਹਾ ਮਾਮੂਲੀ ਜਿਹਾ ਫਰਕ ਦੇ ਨਾਲ ਬਕਾਦਾ ਚੌਰਸ ਹੈ। ਠੀਕ ਹੈ ਜੀ। ਤੇ ਸਰ ਇਹਦੇ ਵਿੱਚ ਇੱਕ ਪਿਛਲੇ ਪਾਸੇ ਖੂਬ ਬਣਿਆ ਹੋਇਆ। ਠੀਕ ਹੈ ਜੀ। ਹਾਂ ਇਹਦੇ ਕਹਿ ਲੋ ਕਿ ਅ ਦੱਖਣ ਪੂਰਬ ਵੱਲ। ਠੀਕ ਹੈ ਜੀ। ਉਹ ਖੂਬ ਵੀ ਮਹਾਰਾਜਾ ਸਾਹਿਬ ਨੇ ਲਵਾਇਆ ਸੀ ਤੇ ਉਹਨਾਂ ਦੀ ਲਗਣ ਇੰਨੀ ਜ਼ਿਆਦਾ ਸੀ ਕਿ ਸਰਦੀਆਂ ਦੇ ਵਿੱਚ ਬੱਚਿਆਂ ਨੂੰ ਉਸ ਖੂਹ ਚ ਪਾਣੀ ਢੇੜ ਕੇ ਇੱਕ ਕੜਾਹੀ ਚ ਕਰਦੇ ਸੀ ਕੜਾਹੀ ਦੇ ਥੱਲੇ ਅੱਗ ਆਪ ਬਾਲਦੇ ਸੀ ਠੀਕ ਹੈ ਜੀ ਅੱਗ ਬਾਲ ਕੇ ਪਾਣੀ ਗਰਮ ਕਰਕੇ ਤੇ ਪਾਈਪਾਂ ਦੇ ਰਾਹੀਂ ਉਹ ਪਾਣੀ ਬਾਥਰੂਮਾਂ ਹੀ ਦਿੰਦੇ ਸੀ ਬੱਚਿਆਂ ਨੂੰ ਨਹਾਉਣ ਵਾਸਤੇ ਠੀਕ ਹੈ ਜੀ ਸਰਦੀਆਂ ਦੇ ਵਿੱਚ ਗਰਮ ਪਾਣੀ ਦਾ ਅਰੇਂਜਮੈਂਟ ਕਰਕੇ ਦਿੰਦੇ ਸੀ ਠੀਕ ਹੈ ਜੀ ਲਗਣ ਇੰਨੀ ਜ਼ਿਆਦਾ ਸੀ ਕਿ ਉਹ ਪਾਣੀ ਆਪ ਕਿਸੇ ਦੇ ਨਹੀਂ ਸੀ ਭਰੋਸਾ ਕਰਦੇ ਜੀ ਉਹ ਪਾਣੀ ਆਪ ਗਰਮ ਕਰਦੇ ਸੀ ਠੀਕ ਹੈ ਜੀ ਇਸ ਤਰ੍ਹਾਂ ਦੇ ਹੋਰ ਬੜੇ ਸਾਰੇ ਕੰਮ ਸੀ ਜਿਹੜੇ ਉਹ ਤੇ ਉਹਨਾਂ ਦੇ ਜੇ ਕਹਿ ਦੀਏ ਜੀ ਬਹੁਤ ਸਾਰੀਆਂ ਇਹੀਆਂ ਗੱਲਾਂ ਨੇ ਮਤਲਬ ਜੇ ਕਹਿ ਦੀਏ ਪੂਰੇ 10 ਘੰਟੇ ਵੀ ਲੱਗਦੀ ਪੂਰਾ ਦਿਨ ਵੀਡੀਓ ਕਰੀ ਜਾਈਏ ਤੁਸੀਂ ਕਈ ਦਿਨ ਲਾ ਲੋਗੇ ਨਾ ਠੀਕ ਹੈ ਜੀ ਜੋ ਉਹਨਾਂ ਦੇ ਗੁਣ ਨੇ ਅਸੀਂ ਉਹਨਾਂ ਨੂੰ ਬਿਆਨ ਨਹੀਂ ਕਰ ਸਕਦੇ ਜੀ ਸ਼ਬਦਾਂ ਦੇ ਵਿੱਚ ਵੀ ਨਹੀਂ ਕਰ ਸਕਦੇ ਜਿਹੜੀ ਉਹਨਾਂ ਦੀ ਭਾਵਨਾ ਸੀ ਜਦੋਂ ਸਰਦੀਆਂ ਦੇ ਵਿੱਚ ਬੱਚਿਆਂ ਦੇ ਪੈਰ ਫੱਟ ਜਾਂਦੇ ਨੇ ਉਦੋਂ ਕੀ ਕਰਦੇ ਸੀ ਜੀ ਉਹਨਾਂ ਨੂੰ ਗਰਮ ਪਾਣੀ ਨਾਲ ਧੋਂਦੇ ਸੀ ਠੀਕ ਹੈ ਜੀ ਗਰਮ ਪਾਣੀ ਨਾਲ ਤੋਂ ਕੇ ਉਸ ਵੇਲੇ ਜੋ ਵੀ अवेलेबल ਤੇਲ ਵਗੈਰਾ ਜਾਂ ਜੋ ਹੁੰਦਾ ਸੀ ਉਹਨਾਂ ਨੇ ਉਹ ਲਾਉਂਦੇ ਸੀ ਤਾਂ ਜੋ ਫਟੇ ਹੋਏ ਪੈ ਠੀਕ ਹੋ ਜਾ ਜੀ ਸਰ ਜਿਵੇਂ ਤੁਸੀਂ ਦੱਸ ਰਹੇ ਸੀ ਇਸ ਸਕੂਲ ਦੇ ਵਿੱਚੋਂ ਪੰਜਾਬੀ ਅਖਬਾਰ ਵੀ ਜਾਂਦੇ ਰਹੇ ਨੇ ਅਖਬਾਰ ਵੀ ਚਾਹਦੇ ਨੇ ਹਾਂ ਇਹਦੇ ਚ ਉਹ ਕਿਹੜੇ ਕਿਹੜੇ ਅਖਬਾਰ ਸੀ ਕਿਹੜੇ ਸਾਲ ਦੇ ਵਿੱਚੋਂ ਦੋ ਪੰਜਾਬੀ ਅਖਬਾਰ ਚੱਲਦੇ ਰਹੇ ਨੇ ਪੰਜਾਬੀ ਭੈਣ ਜੀ ਤੇ ਫੌਜੀ ਠੀਕ ਹੈ ਜੀ ਪੰਜਾਬੀ ਭੈਣ ਨੇ ਕੋਈ ਪ੍ਰਤਿਆਂ ਸਾਡੇ ਕੋਲ ਜੇ ਪਈਆਂ ਹੋਈਆਂ ਨੇ ਜੀ 1907 8 ਗਿਆ 10 11 ਦੇ ਲਾਗੇ ਸਕੇ ਦੀਆਂ ਤੇ ਉਹਨਾਂ ਵੇਲਿਆਂ ਦੇ ਵਿੱਚ ਅਖਬਾਰ ਦਾ ਛਪਣਾ ਬੜੀ ਵੱਡੀ ਗੱਲ ਹੁੰਦੀ ਸੀ ਠੀਕ ਹੈ ਕਿਉਂਕਿ ਹੁਣ ਤਾਂ ਅਖਬਾਰ ਥਾਂ-ਥਾਂ ਛਪਦੇ ਨੇ ਬਿਲਕੁਲ ਜੀ ਉਦੋਂ ਬੜਾ ਰੇਅਰ ਹੁੰਦਾ ਸੀ ਉਹ ਰੇ ਬੜਾ ਵੱਡਾ ਫੈਸਲਾ ਸੀ ਕਿ ਭਾਈ ਤਖਤ ਸਿੰਘ ਜੀ ਨੇ ਮੇਰੇ ਖਿਆਲ ਕੋ ਕੋਈ ਸੇਵਾ ਦਾ ਖੇਤਰ ਛੱਡਿਆ ਹੀ ਨਹੀਂ ਉਹਨਾਂ ਨੇ ਜੀ ਉਹਨਾਂ ਦੇ ਅਖਬਾਰ ਛਪਦੇ ਸੀ ਜੀ ਉਹਨਾਂ ਨੇ ਦੂਸਰੀ ਵਿਸ਼ਵ ਜੰਗ ਦੇ ਵਿੱਚ ਕੱਪੜਿਆਂ ਦੀ ਸੇਵਾ ਕੀਤੀ ਉਹ ਵੀ ਇੱਥੋਂ ਮਣ ਕੇ ਇੱਥੋਂ ਮਣ ਕੇ ਜਾਂਦੇ ਸੀ ਉਹਨਾਂ ਨੇ ਮੁਕਸਰ ਦੇ ਮੇਲੇ ਹਰ ਸਾਲ ਮੁਕਸਰ ਦੇ ਮੇਲੇ ਤੇ 25 ਲੋਕਾਂ ਦਾ ਜਥਾ ਜਿਹੜਾ ਪੰਜ ਜਥੇ ਉਹਨਾਂ ਦੇ ਜਾਂਦੇ ਸੀ ਉੱਥੇ ਪ੍ਰਚਾਰ ਕਰਨ ਵਾਸਤੇ ਉਹ ਮਹੀਨੇ ਤੋਂ ਵੱਧ ਟਾਈਮ ਉੱਥੇ ਲਾ ਕੇ ਆਉਂਦੇ ਸੀ ਠੀਕ ਹੈ ਜੀ ਤੇ ਪ੍ਰਚਾਰ ਦੇ ਮਾਮਲੇ ਵਿੱਚ ਵੀ ਉਹਨਾਂ ਦਾ ਬੜਾ ਵੱਡਾ ਯੋਗਦਾਨ ਸੀ ਉਹ ਆਪ ਵੀ ਬੜਾ ਸੋਹਣਾ ਪਾਠ ਕਰਦੇ ਸੀ ਜੀ ਤੇ ਲੋਕ ਉਹਨਾਂ ਨੂੰ ਸਪੈਸ਼ਲੀ ਸੱਦਾ ਦਿੰਦੇ ਸੀ ਕਿਉਂਕਿ ਉਹਨਾਂ ਦੀ ਆਵਾਜ਼ ਬੜੀ ਸਪਸ਼ਟ ਤੇ ਸਾਫ਼ ਹੁੰਦੀ ਸੀ ਬੜੇ ਸੋਹਣੇ ਢੰਗ ਨਾਲ ਪਾਠ ਕਰਦੇ ਸੀ ਆਪ ਜੀ ਤੇ ਸਾਦਾ ਪਹਿਰਾਵਾ ਖੱਦਰ ਦਾ ਕੁੜਤਾ ਤੇ ਪੰਜਾਬ ਪੰਜਾਬੀ ਜੁੱਤੀ ਚਮੜੇ ਦੀ ਤੇ ਇਹ ਉਹਨਾਂ ਦਾ ਪਹਿਰਾਵਾ ਹੁੰਦਾ ਸੀ ਤੇ ਥੋੜਾ ਬਹੁਤਾ ਉਹਨੇ ਕੀ ਕੀਤਾ ਉਹਨਾਂ ਨੇ ਬਹੁਤੀ ਚੇਂਜ ਨਹੀਂ ਕੀਤੀ ਠੀਕ ਹੈ ਖੱਦਰ ਦੀ ਪੱਗ ਹੁੰਦੀ ਸੀ ਉਹਨਾਂ ਦੇ ਸਿਰ ਤੇ ਜੀ ਭਾਈ ਕਰਮ ਸਿੰਘ ਹਿਸਟੋਰੀਅਨ ਜਦੋਂ ਗਏ ਜਾਣਾ ਸੀ ਉਹਨਾਂ ਨੇ ਇੱਕ ਵਾਰੀ ਮੱਕੇਵਲ ਜੀ ਤਾਂ ਇੱਥੇ ਰੁਕੇ ਇਹਨਾਂ ਨੇ ਉਹਨਾਂ ਨੂੰ ਮੁਸਲਮਾਨਾਂ ਵਾਲੇ ਕੱਪੜੇ ਸਵਾਗਤ ਦਿੱਤੇ ਠੀਕ ਹੈ ਪਰ ਇਤਫਾਕ ਇਹ ਹੋਇਆ ਕਿ ਉਹ ਪਹੁੰਚ ਨਹੀਂ ਸਕੇ ਉੱਥੇ ਉਹ ਸੈਕੰਡ ਇਨ ਕਮਾਂਡ ਬਣ ਕੇ ਗਏ ਸੀ ਰਸਤੇ ਵਿੱਚ ਉਹਨਾਂ ਨੂੰ ਪਾਠ ਕਰਦੇ ਉਹਨਾਂ ਦੇਖ ਲਿਆ ਕਿਸੇ ਨੇ ਉਹਨਾਂ ਨੂੰ ਵਾਪਸ ਮੁੜਨਾ ਪਿਆ ਕਿ ਸਿੱਖ ਜਾ ਨਹੀਂ ਸਕਦਾ ਸੀ ਉੱਥੇ ਪਰ ਭਾਈ ਕਰਮ ਸਿੰਘ ਇਹ ਸਟੋਰੀ ਨੂੰ ਉੱਥੇ ਖੋਜ ਕਰਨ ਲਈ ਜਾਣਾ ਚਾਹੁੰਦੇ ਸੀ ਗੁਰੂ ਨਾਨਕ ਸਾਹਿਬ ਦੇ ਸਥਾਨ ਨੂੰ ਮੱਕੇ ਦੇ ਸਰਾਊਂਡਿੰਗ ਦੇ ਵਿੱਚ ਉੱਥੇ ਦੇਖਣਾ ਚਾਹੁੰਦੇ ਸੀ ਕਿੱਥੇ-ਕਿੱਥੇ ਕੀ-ਕੀ ਹੈ ਪਰ ਪਹੁੰਚ ਨਹੀਂ ਸਕੇ ਤਾਲਮਿਲ ਬਹੁਤ ਸੀ ਉਹਨਾਂ ਦਾ ਭਾਈ ਕਾਨ ਸਿੰਘ ਨਾਬਾ ਜੀ ਉਹਨਾਂ ਨਾਲ ਬੜਾ ਅੱਛਾ ਤਾਲਮਿਲ ਸੀ ਉਹ ਸਰਕਾਰੀ ਦਰਬਾਰੇ ਨੂੰ ਚੰਗੀ ਪਹੁੰਚ ਹੁੰਦੀ ਸੀ ਨਾਬਾ ਰਿਆਸਤ ਦੇ ਵਿੱਚ ਉਹਨਾਂ ਦਾ ਚੰਗਾ ਰਸੂਕ ਸੀ ਤਾਂ ਉਹ ਵੀ ਭਾਈ ਤਖਤ ਸਿੰਘ ਜੀ ਨਾਲ ਤਾਲਮਿਲ ਕਰਦੇ ਨੇ ਚਿੱਠੀਆਂ ਉਹਨਾਂ ਦੀਆਂ ਆਜੇ ਵੀ ਬੜੀਆਂ ਸਾਰੀਆਂ ਚਿੱਠੀਆਂ ਛਪੀਆਂ ਹੋਈਆਂ ਨੇ ਜਿਹੜੀ ਕਰਨਲ ਦਲਵਿੰਦਰ ਸਿੰਘ ਗਰੇਵਾਲ ਦੀ ਕਿਤਾਬ ਹੈ ਭਾਈ ਤਖਤ ਸਿੰਘ ਜੀ ਦੀ ਸਿੱਖ ਮਿਸ਼ਨਰੀ ਕਾਲਜ ਵਿੱਚ ਛਾਪੀ ਉਹਦੇ ਵਿੱਚ ਉਹਨਾਂ ਦੇ ਚਿੱਠੀਆਂ ਦੇ ਵਿਅਰਵੇ ਵੀ ਹੋ ਗਏ ਨੇ ਤੇ ਉਹਨਾਂ ਦੇ ਗੁਣਾਂ ਦਾ ਵੀਰਵਾ ਹੋ ਗਿਆ ਉਹ ਕਿਤਾਬ ਦਾ ਜਿਹੜਾ ਉਹਨਾਂ ਦੇ ਵਿੱਚ ਇੱਕ ਸਟੋਰੀ ਤਰ੍ਹਾਂ ਨਹੀਂ ਕਿਤਾਬ ਨੂੰ ਲਿਖਿਆ ਜੀ ਉਹਨਾਂ ਦੇ ਵਿੱਚ ਗੁਣਾ ਤਰ੍ਹਾਂ ਲਿਖਿਆ ਗੁਣ ਕਰਕੇ ਲਿਖਿਆ ਕਿ ਕਿਹੜੇ ਕਿਹੜੇ ਗੁਣਾਂ ਨਾਲ ਸੀ ਉਹਨਾਂ ਗੁਣਾਂ ਦੇ ਨਾਲ ਰੈਫਰੈਂਸ ਏ ਕਿ ਕਿਹੜੇ ਕਿਹੜੇ ਹਵਾਲੇ ਸੀ ਉਸ ਤਰ੍ਹਾਂ ਕਰਕੇ ਕਿਤਾਬ ਲਿਖੀ ਹੋਈ ਹੈ ਜੀ ਬੜੀ ਸੋਹਣੀ ਕਿਤਾਬ ਹੈ ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜੀ ਕੁਲਵੀਰ ਸਿੰਘ ਕਾਨ ਦੇ ਕਿਤਾਬ ਲਿਖੀ ਹੋਈ ਹੈ ਜੀ ਉਹਨਾਂ ਨੇ ਵੀ ਭਾਈ ਤਖਤ ਸਿੰਘ ਜੀ ਦੇ ਬਾਰੇ ਵਿੱਚ ਬੜੇ ਵੇਰਵੇ ਦਿੱਤੇ ਨੇ ਹੋਰ ਵੀ ਬਹੁਤ ਸਾਰੇ ਹਵਾਲੇ ਇਸ ਤਰ੍ਹਾਂ ਭਾਈ ਤਖਤ ਸਿੰਘ ਜੀ ਦੇ ਬਾਰੇ ਵਿੱਚ ਮਿਲ ਜਾਂਦੇ ਜੀ ਗੱਲ ਕਰੀ ਜੀ ਭਾਈ ਸਾਹਿਬ ਨੂੰ ਮਤਲਬ ਜੋ ਸਨਮਾਨ ਮਿਲੇ ਹੋਣੇ ਜੋ ਜਿਹੜੇ ਉਹਨਾਂ ਦੇ ਦੇਖੋ ਇੱਕ ਪੰਥ ਰਤਨ ਪੰਥ ਭੂਸ਼ਣ ਇਹ ਸਨਮਾਨ ਜਿਹੜੇ ਸੀ ਉਹਨਾਂ ਨੂੰ ਵਕਤ ਦੇ ਜੋ ਸਿੱਖਾਂ ਦੇ ਵਿੱਚ ਰਸੂਖਦਾਰ ਪਰਸਨੈਲਿਟੀ ਸੀ ਉਹ ਜਦੋਂ ਪੱਤਰ ਲਿਖਦੇ ਸੀ ਪਹਿਲਾਂ ਉਹਨਾਂ ਨੂੰ ਪਿਆਰੇ ਪਰਮ ਪਿਆਰੇ ਇਸ ਤਰ੍ਹਾਂ ਕਰਕੇ ਲਿਖਦੇ ਸੀ ਫਿਰ ਉਹਨਾਂ ਨੂੰ ਪੰਥ ਭੂਸ਼ਣ ਪੰਥ ਵਿਭੂਸ਼ਣ ਤੇ ਇਸੇ ਤਰ੍ਹਾਂ ਜਿਹੜਾ ਉਹਨਾਂ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਮਿਲਿਆ ਅੰਗਰੇਜ਼ ਸਰਕਾਰ ਵੱਲੋਂ ਉਹਨਾਂ ਨੂੰ ਲੜਾਈ ਦੇ ਵਿੱਚ ਸਹਾਇਤਾ ਕਰਨ ਦੇ ਲਈ ਤੇ ਹੋਰ ਉਹਨਾਂ ਦੀਆਂ ਸੇਵਾਵਾਂ ਦੇ ਕਰਕੇ ਕੈਸਰੇ ਹਿੰਦ ਦਾ ਖਿਤਾਬ ਮਿਲਿਆ ਠੀਕ ਹੈ ਜੀ ਤੋਂ ਇਸ ਤਰ੍ਹਾਂ ਉਹਨਾਂ ਨੂੰ ਕਾਫੀ ਖਿਤਾਬ ਮਿਲਦੇ ਸੀ ਜਿਹੜੇ ਕਿ ਸਰਕਾਰਾਂ ਤਾਂ ਨਹੀਂ ਦਿੰਦੀਆਂ ਸੀ ਪਰ ਕੈਸਰੇ ਹਿੰਦ ਦਾ ਖਿਤਾਬ ਜਿਹੜਾ ਸੀ ਉਹ ਅੰਗਰੇਜ਼ ਸਰਕਾਰ ਵੱਲੋਂ ਦਿੱਤਾ ਗਿਆ ਸੀ ਠੀਕ ਹੈ ਜੀ ਤੋਂ ਉਹਨਾਂ ਨੇ ਭਲਿਆ ਵੇਲੇ ਵਿੱਚ ਅੰਗਰੇਜ਼ੀ ਪੜਾਉਣੀ ਸ਼ੁਰੂ ਕੀਤੀ ਬੱਚਿਆਂ ਨੂੰ ਹੋਸਟਲ ਦੇ ਵਿੱਚ ਰੱਖਿਆ ਬਹੁਤ ਸਾਰੇ ਰਾਜੇ ਮਹਾਰਾਜੇ ਰਾਜ ਘਰਾਣਿਆਂ ਦੇ ਵਿੱਚੋਂ ਲੋਕ ਆਉਂਦੇ ਸਨ ਇੱਥੇ ਉਹ ਇੱਥੇ ਸਕੂਲ ਵਿਜ਼ਿਟ ਕਰਦੇ ਸਨ ਸਕੂਲ ਦਾ ਡਿਸਪਲਨ ਸਕੂਲ ਦੀ ਪੜ੍ਹਾਈ ਦੇਖ ਕੇ ਬਹੁਤ ਪ੍ਰਭਾਵਿਤ ਹੁੰਦੇ ਸੀ ਖਾਸ ਕਰਕੇ ਕੁੜੀਆਂ ਦੀ ਪੜ੍ਹਾਈ ਹੋਣ ਕਰਕੇ ਇਹ ਸੈਂਟਰ ਆਫ ਅਟਰੈਕਸ਼ਨ ਰਿਹਾ ਬੜੇ ਸਮੇਂ ਠੀਕ ਹੈ ਜੀ ਸਰ ਜੇ ਹੁਣ ਗੱਲ ਕਰੀਏ ਜੀ ਮਤਲਬ ਜੋ ਵੀ ਆਪਣੀ ਵੀਡੀਓ ਨਾਲ ਜੁੜੇ ਹੋਏ ਆ ਇੱਕ ਤਾਂ ਬੇਨਤੀ ਮੈਂ ਹੀ ਕਰ ਦਨਾ ਵੀ ਜੋ ਵੀ ਸਕੂਲ ਨਾਲ ਕਿਸੇ ਵੀ ਪਾਸੇ ਉਹ ਨਾਤਾ ਜੁੜਦਾ ਤਾਂ ਉਹ ਜਰੂਰ ਸਕੂਲ ਨਾਲ رابطہ ਕਾਇਮ ਕਰਿਓ ਨੰਬਰ ਆਪਾਂ ਸਕਰੀਨ ਤੇ ਪਾਵਾਂਗੇ ਜੀ ਕਮੈਂਟਾਂ ਦੇ ਵਿੱਚ ਵੀ ਤੁਸੀਂ ਕਲਿੱਕ ਕਰ ਸਕਦੇ ਜਾਂ ਮੈਨੂੰ ਵੀ ਪੁੱਛ ਸਕਦੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਸਕੂਲ ਬਾਰੇ ਤੇ ਹੋਰ ਕੀ ਬੇਨਤੀ ਕਰਨਾ ਚਾਹੋਗੇ ਸਬਕ ਨੂੰ ਆਪਣੇ ਪੰਜਾਬੀ ਭਾਈਚਾਰੇ ਨੂੰ ਜਿੰਨਾ ਵੀ ਵੀਰਾਂ ਭੈਣਾਂ ਦਿਆਂ ਮਾਤਾਵਾਂ ਭੈਣਾਂ ਇਥੇ ਪੜ੍ਹਿਆ ਨੇ ਜਾਂ ਜਿਹੜੇ ਵੀਰ ਵੀ ਪੜ੍ਹੇ ਨੇ ਜੀ ਉਹਨਾਂ ਨੂੰ ਬੇਨਤੀ ਹੈ ਵੀ ਉਹਨਾ ਆਪਣਾ ਦੁਬਾਰਾ ਇੱਥੇ ਨੰਬਰ ਸ਼ੇਅਰ ਕਰੋ ਆਪਣੇ ਆਪ ਨੂੰ ਜਿਹੜਾ ਤੁਸੀਂ ਅ ਅਟੈਚ ਜੁੜੋ ਇਹਦੇ ਨਾਲ ਅਸੀਂ ਦੁਬਾਰਾ ਨਾ ਇੱਕ ਗਰੁੱਪ ਬਣਾਉਣਾ ਚਾਹੁੰਦੇ ਆ ਇੱਕ ਤਾਂ ਅਸੀਂ ਐਕਸ ਸਟੂਡੈਂਟਸ ਦਾ ਗਰੁੱਪ ਬਣਾਉਣਾ ਹੈ ਜਿਹੜੇ ਪੁਰਾਣੇ ਸਟੂਡੈਂਟ ਇੱਥੇ ਪੜ੍ਹੇ ਨੇ ਉਹ ਸਾਰਿਆਂ ਨੂੰ ਇੱਕ ਗਰੁੱਪ ਦੇ ਵਿੱਚ ਲਿਆਉਣਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਸਕੂਲ ਨੂੰ ਹੋਂ ਦੇ ਕੰਟੈਸਟ ਵਿੱਚ ਹੋਂ ਦੇ ਸਮੇਂ ਦੇ ਮੁਤਾਬਕ ਅਸੀਂ ਇਹ ਸਕੂਲ ਨੂੰ ਬਣਾ ਸਕੀਏ ਇਸ ਦੇ ਵਿੱਚ ਪੁਰਾਣੀ ਪੜ੍ਹਾਈ ਦੇ ਨਾਲ ਨਾਲ ਜਿਸ ਤਰ੍ਹਾਂ ਹੁਣ ਜਿਹੜੀ ਪੜਾਈ ਰੈਗੂਲਰ ਚੱਲ ਰਹੀ ਹੈ ਉਹਦੇ ਨਾਲ ਨਾਲ ਅਸੀਂ ਇਹਨੂੰ ਹੋਰ ਮਾਡਰਨ ਢੀਕੇ ਦੀ ਪੜਾਈ ਦੇ ਵਾਸਤੇ ਵੀ ਤਿਆਰ ਕਰ ਸਕੀਏ ਠੀਕ ਹੈ ਜੀ ਇਹਦੇ ਵਿੱਚ ਜਿਹੜੇ ਵੀ ਵੀਰ ਭੈਣ ਜਿਵੇਂ ਵੀ ਹੈਲਪ ਕਰ ਸਕਦੇ ਨੇ ਕੋਈ ਆਪਣੇ ਵਿਚਾਰ ਦੇ ਸਕਦੇ ਨੇ ਜੀ ਐਜੂਕੇਸ਼ਨ ਦੇ ਪ੍ਰਤੀ ਕੀ ਸਿਸਟਮ ਅਡਾਪਟ ਕਰਨੇ ਚਾਹੀਦੇ ਸਾਨੂੰ ਆਪਣੀ ਸਲਾਹ ਦੇ ਸਕਦੇ ਨੇ ਆਪਣੇ ਸੁਝਾਓ ਦੇ ਸਕਦੇ ਨੇ ਜੀ ਜਿਸ ਤਰ੍ਹਾਂ ਵੀ ਉਹ ਸਪੋਰਟ ਕਰ ਸਕਦੇ ਹੋ ਉਹ ਕਰਨ ਇਹ ਉਹਨਾਂ ਦਾ ਆਪਣਾ ਉਹਨਾਂ ਦੀ ਆਪਣੀ ਵਿਰਾਸਤ ਉਹਨਾਂ ਦੇ ਵਡਿਆਂ ਦਾ ਵਡੇਰਿਆਂ ਦਾ ਬਜ਼ੁਰਗਾਂ ਦਾ ਚਲਾਇਆ ਹੋਇਆ ਸਕੂਲ ਹੈ ਸਾਨੂੰ ਇਹ ਰਲ ਮਿਲ ਕੇ ਚਲਾਉਣਾ ਔਰ ਸਾਰਿਆਂ ਦੇ ਸਹਿਯੋਗ ਨਾਲ ਹੀ ਚੱਲ ਸਕਦਾ ਜੀ ਪਹਿਲਾਂ ਵੀ ਐਵੇਂ ਚੱਲਦਾ ਰਿਹਾ ਅਖੀਰ ਤੇ ਇੱਕ ਸਵਾਲ ਸੀਗਾ ਹੁਣ ਟੋਟਲ ਕਿੰਨੇ ਬੱਚੇ ਜਿਹੜੇ ਇੱਥੇ ਸਟੱਡੀ ਕਰਦੇ ਸਵੇਲੇ 350 ਦੇ ਕਰੀਬ ਬੱਚੇ ਨੇ ਬੱਚੇ ਇਸ ਵੇਲੇ ਸਾਰੇ ਬੀਪੀਐਲ ਨੇ ਜਿਆਦਾ ਬਲੋ ਪਾਵਰਟੀ ਲਾਈਨ ਠੀਕ ਹੈ ਤੇ ਇਹਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ Hindu ਪਰਿਵਾਰ ਮੁਸਲਮਾਨ ਪਰਿਵਾਰ ਦੇ ਵੀ ਕੋਈ ਬੱਚੇ ਹੈਗੇ ਨੇ 크ਰਿਸਚੀਅਨ ਪਰਿਵਾਰ ਦੇ ਵੀ ਹੈਗੇ ਨੇ ਸਿੱਖ ਪਰਿਵਾਰ ਦੇ ਬੱਚੇ ਮਿਨੋਰਟੀ ਵਿੱਚ ਨੇ ਪਰ ਸਾਡੇ ਲਈ ਇਹ ਗੱਲ ਨਹੀਂ ਮੈਟਰ ਕਰਦੀ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਉਪਦੇਸ਼ ਹੈ ਨਾ ਉਹ ਮਨੁੱਖਤਾ ਵਾਸਤੇ ਹੈ ਠੀਕ ਹੈ ਜੀ ਕੋਈ ਵੀ ਹੋਵੇ ਹਿੰਦੂ ਸਿੱਖ ਮੁਸਲਮਾਨ ਕੁਝ ਮੈਟਰ ਨਹੀਂ ਕਰਦਾ ਮਨੁੱਖਤਾ ਦੇ ਵਾਸਤੇ ਹੈ ਤੇ ਅਸੀਂ ਸਮਝਦੇ ਹਾਂ ਕਿ ਸਕੂਲ ਦੇ ਵਿੱਚ ਜਿਹੜੀ ਪੜ੍ਹਾਈ ਕਰਾਈ ਜਾਂਦੀ ਹੈ ਅਸੀਂ ਉਹਨੂੰ ਉਹਨਾਂ ਸਟੈਂਡਰਡਸ 'ਤੇ ਕਰਾਣੇ ਆਂ ਵੀ ਇਹ ਮਨੁੱਖਤਾ ਦੀ ਪੜ੍ਹਾਈ ਬਣੇ ਇਹ ਸਿਰਫ ਸਰਟੀਫਿਕੇਟ ਲੈਣ ਵਾਲੀ ਪੜ੍ਹਾਈ ਨਾ ਬਣੇ ਇਹ ਇੱਕ ਮਨੁੱਖਤਾ ਦੀ ਉਹ ਪੜ੍ਹਾਈ ਬਣੇ ਜਿੰਦੇ ਨਾਲ ਉਹ ਆਪਣੇ ਜੀਵਨ ਦੇ ਹਰ ਪਹਿਲੂ ਨੂੰ ਸਵਾਰ ਸਕਣ ਜੀ ਸਰ ਜੀ ਗੱਲ ਕਰੀ ਜੀ ਜਿਵੇਂ ਹੋਸਟਲ ਬਾਰੇ ਵੀ ਤੁਸੀਂ ਜਾਣਕਾਰੀ ਦਿੱਤੀ ਉਹਦੇ ਵਿੱਚ ਕਿਸ ਤਰ੍ਹਾਂ ਦੇ ਬੱਚੇ ਪੜਦੇ ਜਿਹਨੂੰ ਰਹਿੰਦੀ ਸੀ ਹਾਂਜੀ ਹੋਸਟਲ ਦੇ ਵਿੱਚ ਦੇਖੋ ਰਾਜ ਘਰਾਣਿਆਂ ਤੋਂ ਲੈ ਕੇ ਬਿਲਕੁਲ ਗਰੀਬ ਅਨਾਥ ਬੇਸਹਾਰਾ ਬੱਚਿਆਂ ਤੱਕ ਪੜਦੇ ਸੀ ਜੀ ਅ ਰਾਜ ਘਰਾਣਿਆਂ ਦੇ ਤਾਂ ਇੱਕ ਅ ਮਹਾਰਾਜ ਦੇ ਪਰਿਵਾਰ ਚ ਕੁੜੀ ਨੂੰ ਛੱਡਣਾ ਆਏ ਉਹ ਕਹਿੰਦੇ ਅਸੀਂ ਨਾਲ ਸੇਵਾਦਾਰ ਨਹੀਂ ਵੀ ਰੱਖਾਂਗੇ ਇੱਥੇ ਠੀਕ ਹੈ ਜੀ ਤਾਂ ਭਾਈ ਤਖਸੈ ਵੀ ਨੇ ਨਾ ਕਰਦੀ ਠੀਕ ਹੈ ਕਹਿੰਦੇ ਜਿਵੇਂ ਸਾਰੇ ਬੱਚੇ ਰਹਿੰਦੇ ਨੇ ਆਪਣਾ ਕੰਮ ਆਪ ਕਰਦੇ ਨੇ ਤੁਹਾਡੀਆਂ ਰਾਜਕੁਮਾਰੀਆਂ ਵੀ ਉਸ ਤਰ੍ਹਾਂ ਹੀ ਕਰਨਗੀਆਂ ਆਪਣਾ ਕੰਮ ਆਪ ਕਰਨੀਆਂ ਠੀਕ ਹੈ ਸਾਰਿਆਂ ਦੇ ਨਾਲ ਬਰਾਬਰਤਾ ਰਹੇਗੀ ਕਿਸੇ ਨੂੰ ਵਖਰੇਵਾ ਨਹੀਂ ਮਿਲੇਗਾ ਤੇ ਜਿਹੜੇ ਵੈਸੇ ਗਰੀਬ ਪਰਿਵਾਰ ਸੀ ਉਹਨਾਂ ਵਿੱਚ ਇਸ ਤਰ੍ਹਾਂ ਸੀ ਕੁਝ ਪਰਿਵਾਰ ਆਪਣੇ ਹੋਸਟਲ ਦਾ ਖਰਚਾ ਭਰਦੇ ਸੀ ਪੇਰੈਂਟਸ ਠੀਕ ਹੈ ਜੀ ਕੁਝ ਪੇਰੈਂਟਸ ਨਹੀਂ ਸੀ ਭਰ ਸਕਦੇ ਜੀ ਕੁਝ ਪੇਰੈਂਟਸ ਥੋੜਾ ਬਹੁਤਾ ਭਰਦੇ ਸੀ ਤੋ ਇਹ ਤਿੰਨਾਂ ਤਰ੍ਹਾਂ ਦੇ ਸੀ ਕਿ ਇੱਕ ਪਰਿਵਾਰ ਪੂਰੇ ਭਰਦੇ ਸੀ ਇੱਕ ਪਰਿਵਾਰ ਕੁਝ ਖਰਚਾ ਭਰਦੇ ਸੀ ਇੱਕ ਬਿਲਕੁਲ ਨਹੀਂ ਸੀ ਭਰਦੇ ਤੇ ਇੱਕ ਅਨਾਥ ਸੀ ਜਿਨ੍ਹਾਂ ਦੇ ਮਾਤਾ ਪਿਤਾ ਹੁੰਦੇ ਹੀ ਨਹੀਂ ਸੀ ਜੀ ਤਾਂ ਉਹਨਾਂ ਵਾਸਤੇ ਵੀ ਸਾਰਾ ਖਰਚਾ ਆਸ਼ਰਮ ਆਪ ਹੀ ਕਰਦਾ ਸੀ ਜੀ ਤੋ ਪਹਿਲਾਂ ਵੀ ਆਸ਼ਰਮ ਜਿਹੜਾ ਹੈ ਦਾਨ ਤੇ ਚੱਲਦਾ ਰਿਹਾ ਹੁਣ ਵੀ ਜਿਹੜਾ ਇਹੋ ਜਿਹੀ ਸੰਸਥਾਵਾਂ ਜਿਹੜੀ ਹੈ ਨਾ ਭਾਵਨਾਵਾਂ ਵਾਂ ਕਰਕੇ ਚੱਲਦੀਆਂ ਨੇ ਸਰਕਾਰਾਂ ਨਹੀਂ ਚਲਾਉਂਦੀਆਂ ਇਹ ਸਾਡੀਆਂ ਆਪਣੀਆਂ ਭਾਵਨਾਵਾਂ ਅਸੀਂ ਮਨੁੱਖ ਹੋਣ ਦੇ ਨਾਤੇ ਮਨੁੱਖਤਾ ਨੂੰ ਡਵੈਲਪ ਕਰਨ ਦੇ ਲਈ ਇਹੋ ਜਿਹੀਆਂ ਥਾਵਾਂ ਨੂੰ ਚਲਾਉਂਦੇ ਆ ਇਹ ਸਾਡੀ ਮੋਰਲ ਡਿਊਟੀ ਬਣਦੀ ਹੈ ਤੇ ਰਲ ਮਿਲ ਕੇ ਚੱਲਦੇ ਨੇ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਤੁਹਾਡਾ ਜਾਣਕਾਰੀ ਬਹੁਤ ਸ਼ੁਕਰੀਆ ਤੁਹਾਡਾ ਇੱਥੇ ਆਉਣ ਦੇ ਲਈ ਜੀ ਤੇ ਲੋ ਵੀ ਦੋਸਤੋ ਆਸ ਕਰਦੇ ਆ ਵੀ ਜਾਣਕਾਰੀ ਵੀ ਤੁਹਾਨੂੰ ਵਧੀਆ ਲੱਗੀ ਹੋਣੀ ਆ ਤੇ ਵੀਡੀਓ ਨਾਲ ਸ਼ੇਅਰ ਜਰੂਰ ਕਰਿਓ ਤੇ ਮੈਂ ਉਹ ਸਾਰੇ ਮੀਡੀਆ ਕਰਮੀਆਂ ਨੂੰ ਉਹ ਸਾਰੇ ਦਾਨੀ ਸੱਜਣਾਂ ਨੂੰ ਉਹ ਸਾਰੇ ਜਿਹੜੇ ਸਮਾਜ ਦੇ ਵਿੱਚ ਇੱਕ ਚੰਗਾ ਜੇ ਕਹਿੰਦੇ ਉਦਮ ਕਰਨਾ ਚਾਹੁੰਦੇ ਉਹਨਾਂ ਨੂੰ ਬੇਨਤੀ ਕਰਦਾ ਵੀ ਇਸ ਸਕੂਲ ਨੂੰ ਜਰੂਰ ਜਿੰਨੇ ਵੀ ਹੋ ਸਕਦੇ ਸਪੋਰਟ ਕਰੀਏ ਤੇ ਸਕੂਲ ਦੇ ਨਾਲ ਆਪਾਂ ਜੁੜੀਏ ਧੰਨਵਾਦ ਦੋਸਤਾਂ